ਉਹਨਾਂ ਸਾਰੇ ਸੱਜਣਾਂ ਦੇ ਜਿਹੜੇ ਸਾਨੂੰ ਸਾਥ ਸਹਿਯੋਗ ਦਿੰਦੇ ਆ। ਤੇ ਸੁਖਮਿੰਦਰ ਸਿੰਘ ਸੁੱਖਾ ਸੰਧੂ ਸਾਹਿਬ ਸ਼ੁੱਕਰਵਾਰ ਵਾਲੇ ਪ੍ਰੋਗਰਾਮ ਦੇ ਵਿਚ ਉਹਨਾਂ ਦਾ ਉਚੇਚਾ ਸਹਿਯੋਗ ਹੁੰਦਾ ਤੇ ਅਸੀਂ ਉਚੇਚ ਦੇ ਨਾਲ ਹੀ ਧੰਨਵਾਦ ਕਰਦੇ ਹਾਂ ਕਿ ਰੇਡੀਓ ਚੈਨਲ ਦੇ ਸੀ ਉਹ ਅਦਾਰਾ ਹੈ ਜਿਹੜਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਚੱਲਦਾ ਹੈ। ਤੇ ਮੈਨੇਜਮੈਂਟ ਨੇ ਪੈਸੇ ਨਹੀਂ ਕਮਾਉਣੇ, ਖ਼ਬਰਾਂ ਪਹੁੰਚਾਉਣੀਆਂ, ਉਹ ਵੱਖਰੀ ਗੱਲ ਹੈ ਕਿ ਇੰਡੀਆ ਬੈਠੀ ਟੀਮ ਹੈ ਜਿਹੜੀ ਉਹਨਾਂ ਦੇ ਖਰਚੇ ਨੇ ਜਾਂ ਹੋਰ ਰੇਡੀਓ ਦੇ ਖਰਚੇ ਨੇ ਉਹ ਕੱਢਣ ਦੇ ਵਾਸਤੇ ਸਾਨੂੰ ਸਪਾਂਸਰ ਦੀ ਲੋੜ ਹੁੰਦੀ ਹੈ ਜਿਹੜੇ ਤੁਹਾਡੇ ਵਰਗੇ ਸੱਜਣਾਂ ਦੇ ਸਹਿਯੋਗ ਦੇ ਨਾਲ ਹੀ ਆਉਂਦੇ। ਤੇ ਇਧਰੋਂ ਪੰਨੂ ਸਾਹਿਬ ਆਪਣੇ ਨਾਲ ਹਾਜ਼ਰ ਨੇ, ਇਹਨਾਂ ਦੀ ਗੱਲ ਕਰਦੇ ਹਾਂ। ਪੰਨੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਪੰਨੂ ਸਾਹਿਬ, ਧੰਨਵਾਦ ਤੁਸੀਂ ਜੁੜੇ ਹੋ। ਤੇ ਡੋਨਲਡ ਟਰੰਪ ਅਕਸਰ ਆਪਣੀ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ, H-1B ਵੀਜ਼ੇ ਹੈ ਜਿਹੜੇ ਉਹਨੇ ਬੰਦ ਕੀਤੇ ਸੀ ਤੇ ਹੁਣ ਜੋ ਬਿਡਨ ਜਿਹੜਾ ਹੈ ਉਹ ਕਹਿੰਦਾ ਜੇ ਮੈਂ ਕਿਤੇ ਰਾਸ਼ਟਰਪਤੀ ਬਣ ਗਿਆ ਮੈਂ ਤਾਂ ਖੋਲ ਦੂੰ। ਤੇ ਇਸ ਗੱਲ ਦਾ ਕਿੰਨਾ ਕੁ ਅਸਰ ਪਊਗਾ ਜੋ ਬਿਡਨ ਜਾਂ ਜੋ ਬਿਡਨ, ਇਹਨਾਂ ਨੂੰ ਕਿੰਨਾ ਕੁ ਬੈਨੀਫਿਟ ਮਿਲ ਸਕਦਾ? ਦੇਖੋ ਜਿਹੜਾ ਡੋਨਲਡ ਟਰੰਪ ਆ ਉਹ ਤਾਂ ਚਾਰ ਚੁਫੇਰੇ ਗਤਕੇਬਾਜ਼ੀ ਕਰਦਾ, ਹਰ ਇਕ ਦੇ ਨਾਲ ਹੀ ਉਹਦਾ ਰੇੜਕਾ, ਹਰ ਇਕ ਦੇ ਨਾਲ ਝਗੜਾ। ਉਹ ਆਪਣੀ ਥਾਂ ਉਹ ਤੇ ਹੁਣ ਉਹਦਾ ਜਿਹੜਾ ਚਾਚੇ ਦਾ ਪੁੱਤ ਭਰਾ ਹੈ ਉਹਦੀ ਕੁੜੀ ਨੇ ਯਾਨੀ ਡੋਨਲਡ ਟਰੰਪ ਦੀ ਭਤੀਜੀ ਨੇ ਇਕ ਕਿਤਾਬ ਲਿਖ ਦਿੱਤੀ ਆ ਜਿਹਦੇ ਚ ਇਹ ਲਿਖਿਆ ਕਿ ਸਾਡੇ ਟੱਬਰ ਦੇ ਵਿਚੋਂ ਦੁਨੀਆਂ ਦਾ ਸਭ ਤੋਂ ਖਤਰਨਾਕ ਆਦਮੀ ਕਿੱਦਾਂ ਪੈਦਾ ਹੋਇਆ ਤੇ ਸਾਰਿਆਂ ਨੂੰ ਪਤਾ ਉਹ ਕਿਹਦੇ ਬਾਰੇ ਆ। ਤੇ ਟਰੰਪ ਦੀ ਟੀਮ ਨੇ ਅਦਾਲਤ ਵਿਚ ਜਾ ਕੇ ਕਿਤਾਬ ਤੇ ਪਾਬੰਦੀ ਵੀ ਲਵਾਤੀ ਆ। ਚਲੋ ਉਹ ਇਕ ਵੱਖਰਾ ਵਿਸ਼ਾ ਹੈ। ਇਹਨੇ ਪਿਛਲੇ ਦਿਨਾਂ ਚ ਜਿਵੇਂ H-1B ਵੀਜ਼ਾ ਹੋਰ ਕਈ ਮਾਮਲਿਆਂ ਚ ਬਾਹਰੋਂ ਆਉਣ ਵਾਲੇ ਨਵੇਂ ਲੋਕਾਂ ਵਾਸਤੇ ਪਾਬੰਦੀਆਂ ਖੜੀਆਂ ਕੀਤੀਆਂ, ਉਹ ਚੰਗਾ ਨਹੀਂ ਕਰ ਰਿਹਾ, ਪਰ ਇਹਦੀ ਆਪਣੀ ਇਕ ਨੀਤੀ ਹੈ। ਉਹ ਜਦੋਂ 2016 ਚ ਰਾਸ਼ਟਰਪਤੀ ਬਣਿਆ ਉਦੋਂ ਉਹਨੇ ਇਹੋ ਕੁਛ ਕੀਤਾ ਸੀਗਾ। ਉਦੋਂ ਆਪਣੀ ਚੋਣ ਮੁਹਿੰਮ ਚ ਉਹਨੇ ਪ੍ਰਚਾਰ ਕੀਤਾ ਸੀ ਕਿ ਜੇ ਮੈਂ ਜਿੱਤ ਗਿਆ ਤੇ ਅਮੈਰੀਕਾ ਫਸਟ, ਅਮੈਰੀਕਨ ਫਸਟ, ਅਮਰੀਕੀ ਲੋਕਾਂ ਨੂੰ ਪਹਿਲ ਦਿਆਂਗਾ, ਵਿਦੇਸ਼ ਤੋਂ ਆਉਣ ਵਾਲਿਆਂ ਦਾ ਆਉਣਾ ਰੋਕਾਂਗਾ, ਘਟਾਵਾਂਗਾ। ਉਹਦੇ ਉੱਤੇ ਅਮਲ ਕਰ ਰਿਹਾ। ਹੁਣ ਉਹਨੇ ਪਿਛਲੇ 3 ਸਾਲਾਂ ਵਿਚ ਬਹੁਤਾ ਕੁਛ ਨਹੀਂ ਕੀਤਾ ਤੇ ਜਦੋਂ ਅੱਜ 4th ਸਾਲ ਹੈ ਤੇ ਨਵੀਂ ਚੋਣ ਲੜਨੀ ਹੈ, ਉਹਨੇ ਇਕਦਮ ਇਹ ਨਾਰਾ ਫਿਰ ਚੁੱਕ ਲਿਆ ਕਿ ਇੱਥੇ ਪਹਿਲਾਂ ਅਮੈਰੀਕਨ ਚ ਨੌਕਰੀਆਂ ਦਿਆਂਗਾ, ਬਾਕੀਆਂ ਨੂੰ ਬਾਅਦ ਚ। ਮੈਂ H-1B ਵੀਜ਼ਾ ਵੀ ਰੱਦ ਕਰਤਾ, ਫਲਾਨਾ ਵੀਜ਼ਾ ਰੱਦ ਕਰਤਾ, ਉਹ ਵੀਜ਼ਾ ਰੱਦ ਕਰਤਾ, ਸਾਰੇ ਉਹ ਕਹੀ ਜਾਂਦਾ। ਇਹੋ ਜਿਹੀ ਗੱਲ ਜਦੋਂ ਕਰਦਾ ਤੇ ਜਿਹੜੇ ਅਮਰੀਕਾ ਦੇ ਕੱਟੜਪੰਥੀ ਆ ਜਿਹੜੇ ਇਹ ਸਮਝਦੇ ਆ ਕਿ ਬਾਹਰੋਂ ਆਏ ਲੋਕਾਂ ਦੇ ਨਾਲ ਸਾਡੇ ਰੁਜ਼ਗਾਰ, ਸਾਡੇ ਕਾਰੋਬਾਰ ਦੇ ਉੱਤੇ ਸੱਟ ਪੈਂਦੀ ਆ, ਉਹਨਾਂ ਦੇ ਉੱਤੇ ਅਸਰ ਤਾਂ ਪੈਂਦਾ। ਉਹ ਇਹ ਸਮਝਦੇ ਆ ਕਿ ਇਹ ਬੰਦਾ ਸਾਡੇ ਵਾਸਤੇ ਕੁਝ ਕਰ ਰਿਹਾ। ਭਾਰਤ ਵਿਚ ਵੀ ਜੇ ਨਰਿੰਦਰ ਮੋਦੀ ਆਖੇ ਕਿ ਭਾਰਤ ਵਿਚ ਸਾਰਾ ਕੁਝ ਸਿਰਫ ਭਾਰਤ ਨਹੀਂ ਆ ਰਹੀ, ਅਸੀਂ ਵਿਦੇਸ਼ੀ ਕੰਪਨੀਆਂ ਰੋਕ ਦਿਆਂਗੇ, ਬਾਅਦ ਵਿਚ ਭਾਵੇਂ ਆ ਕੇ ਇਹਨੇ ਪਹਿਲਾਂ ਨਾਲੋਂ ਵਿਦੇਸ਼ੀ ਕੰਪਨੀਆਂ ਵਧਾ ਤੀਆਂ, ਪਰ ਚੋਣ ਤੇ ਇਸੇ ਗੱਲ ਤੇ ਜਿੱਤੀ ਸੀ। ਇਨ੍ਹਾਂ ਗੱਲਾਂ ਦਾ ਕੱਟੜਪੰਥੀ ਲੋਕਾਂ ਦੇ ਉੱਤੇ ਇਕ ਖਾਸ ਅਸਰ ਪੈਂਦਾ, ਔਰ ਕੱਲਾ ਉਨ੍ਹਾਂ ਤੇ ਨਹੀਂ। ਮੈਨੂੰ ਮਾਫ਼ ਕਰਨਾ, ਮੈਂ ਇਹ ਗੱਲ ਬੜੇ ਸ਼ਿੱਦਤ ਨਾਲ ਮਹਿਸੂਸ ਕੀਤੀ ਕਿ ਅਮਰੀਕਾ ਚ ਰਹਿੰਦੇ ਭਾਰਤੀ ਲੋਕ ਆਮ ਤੌਰ ਤੇ ਇਸ ਗੱਲ ਤੇ ਖੁਸ਼ ਆ ਕਿ ਸਾਡੇ ਹੋਰ ਭਾਰਤੀ, ਸਾਡੇ ਹੋਰ ਪੰਜਾਬੀ ਆ ਰਹੇ, ਪਰ ਸਾਡੇ ਭਾਰਤੀਆਂ ਵਿਚ ਵੀ ਇਕ ਖਾਸ ਬਣ ਗਈ ਆ ਖਾਂਦੇ ਪੀਂਦੇ ਲੋਕਾਂ ਦੀ, ਜਿਹੜੇ ਗੱਲਾਂ ਚ ਕਹਿੰਦੇ ਆ ਤੇ ਹੁਣ ਜਣਾ ਖਣਾ ਹੀ ਇਧਰ ਨੂੰ ਅਮਰੀਕਾ ਨੂੰ ਮੂੰਹ ਕਰੀ ਆਉਂਦਾ। ਜਦੋਂ ਤੁਸੀਂ ਗਏ ਸੀ ਤੁਸੀਂ ਜਣਾ ਖਣਾ ਨਹੀਂ ਸੀ, ਤੁਹਾਡੇ ਬਾਰੇ ਲੋਕੀ ਕੀ ਸਮਝਦੇ ਸੀ? ਜੇ ਇੱਥੇ ਕਰਕੇ ਸਾਰਾ ਕੁਛ ਹੁੰਦਾ, ਅਮਰੀਕਾ ਜਾਣ ਦੀ ਲੋੜ ਨਹੀਂ, ਅਸੀਂ ਆਪਣਾ ਦੇਸ਼ ਡਿਵੈਲਪ ਕੀਤਾ ਹੁੰਦਾ, ਸਾਡੀਆਂ ਸਰਕਾਰਾਂ ਨਹੀਂ ਕਰ ਸਕੀਆਂ। ਤੁਸੀਂ ਗਏ, ਜਦੋਂ ਤੁਸੀਂ ਗਏ ਤੇ ਬਾਅਦ ਚ ਹੋਰ ਲੋਕ ਵੀ ਆ ਸਕਦੇ ਆ, ਜੇ ਹੋਰ ਲੋਕ ਆਉਂਦੇ ਆ ਤੇ ਘੱਟੋ ਘੱਟ ਤੁਹਾਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਕਰਨਾ ਚਾਹੀਦਾ ਜਿਸ ਤਰ੍ਹਾਂ ਕਰ ਰਹੇ ਹੋ। ਸਾਡੇ ਭਾਰਤੀ ਲੋਕ ਉੱਥੇ ਆਮ ਤੌਰ ਤੇ ਇਸ ਗੱਲ ਤੇ ਖੁਸ਼ ਨੇ ਕਿ ਵੀਜ਼ੇ ਮਿਲਦੇ ਆ ਤੇ ਅਸੀਂ ਭਾਰਤ ਵਿਚੋਂ ਪ੍ਰੋਫੈਸ਼ਨਲ ਦੇ ਆਉਣ ਦੇ ਉੱਤੇ ਵੀ ਖੁਸ਼ ਆ, ਹੋਰ ਕਾਰੋਬਾਰੀ ਲੋਕਾਂ ਦੇ ਵੀ। ਇੱਥੋਂ ਤੱਕ ਕਿ ਲੋਕਾਂ ਨੇ ਜਿਹੜੇ ਆਪਣੇ ਰਿਸ਼ਤੇਦਾਰ ਵਗੈਰਾ ਮੰਗਾਉਣੇ ਆ ਉਨ੍ਹਾਂ ਦੇ ਸਵਾਲ ਦੇ ਉੱਤੇ ਵੀ ਅਮਰੀਕਾ ਦੀ ਟਰੰਪ ਸਰਕਾਰ ਜਿਹੜੀ ਆ ਉਹ ਕੋ ਬਹੁਤੀ ਖੁਸ਼ ਨਹੀਂ, ਕੱਲ ਨੂੰ ਉਨ੍ਹਾਂ ਪਾਬੰਦੀਆਂ ਤੱਕ ਵੀ ਜਾਵੇਗੀ। ਇਹ ਸਾਰਾ ਕੁਝ ਜੋ ਹੈ ਇਹਦੇ ਉੱਤੇ ਜਿਹੜਾ ਜੋ ਬਿਡਨ ਨੇ ਬਿਆਨ ਦਿੱਤਾ ਉਹ ਬਿਆਨ ਸਾਡੇ ਭਾਰਤੀ ਲੋਕਾਂ ਦੇ ਪੱਖ ਦਾ, ਭਾਰਤ ਦੇ ਪ੍ਰੋਫੈਸ਼ਨਲ ਉੱਥੇ ਜਾਣ ਚੰਗੀ ਗੱਲ ਹੈ, ਅਸੀਂ ਚਾਹਵਾਂਗੇ ਕਿ H-1B ਵੀਜ਼ਾ ਜਿਹੜਾ ਖੁੱਲ ਜਾਵੇ, ਹੋਰ ਵੀ ਖੁੱਲ ਜਾਣ। ਸਾਨੂੰ ਖੁਸ਼ੀ ਹੈ ਕਿ ਜੋ ਬਿਡਨ ਨੇ ਬਿਆਨ ਦਿੱਤਾ, ਪਰ ਦੂਜਾ ਪੱਖ ਇਹ ਹੈ ਕਿ ਜੋ ਬਿਡਨ ਦੇ ਇਸ ਬਿਆਨ ਨੂੰ ਲੈ ਕੇ ਡੋਨਲਡ ਟਰੰਪ ਉਹਦੇ ਖਿਲਾਫ ਇਕ ਕੰਪੇਨ ਸ਼ੁਰੂ ਕਰ ਸਕਦਾ ਕਿ ਦੇਖ ਲੋ ਮੈਂ ਤਾਂ ਕਹਿੰਦਾ ਅਮੈਰੀਕਨ ਦੀ ਫਸਟ,
ਇੱਥੇ ਅਮਰੀਕੀਆਂ ਦੀ ਗੱਲ ਕਰਨਾ ਤੇ ਕਹਿੰਦਾ ਮੈਂ H-1B ਵੀਜ਼ਾ ਖੋਲ ਇਸ ਗੱਲ ਦੇ ਨਾਲ ਉਹਦਾ ਜਿਹੜੇ ਕੱਟੜਪੰਥੀ ਲੋਕ ਹੈ ਜਿਹੜੇ ਇਹ ਸਮਝਦੇ ਆ ਕਿ ਅਮਰੀਕਾ ਜੇ ਸਾਡੇ ਵਾਸਤੇ ਰਹਿ ਜਾਵੇ ਤੇ ਅਸੀਂ ਸੌਖੇ ਰਹਾਂਗੇ ਉਹਨਾਂ ਦੇ ਉੱਤੇ ਉਲਟਾ ਅਸਰ ਵੀ ਹੋ ਸਕਦਾ ਇਹਦੇ ਵਾਸਤੇ ਘਾਟੇਬੰਦਾ ਵੀ ਹੋ ਸਕਦਾ ਅਜੇ ਤੱਕ ਉੱਥੇ ਵਸਦੇ ਭਾਰਤੀਆਂ ਦੀ ਵੱਡੀ ਗਿਣਤੀ ਟਰੰਪ ਦੇ ਨਾਲ ਨਹੀਂ ਡੈਮੋਕਰੇਟਾਂ ਦੇ ਨਾਲ ਸੁਣੀ ਜਾਂਦੀ ਹੈ ਮੈਂ ਇਸ ਕਰਕੇ ਸੁਣੀ ਜਾਂਦੀ ਕਹਿੰਦਾ ਕਿ ਮੈਨੂੰ ਤੇ ਅਮਰੀਕਾ ਦੇ ਸਾਰੇ ਹਾਲਾਤ ਦਾ ਪਤਾ ਨਹੀਂ ਜੋ ਭਾਰਤੀ ਮੀਡੀਆ ਚ ਰਿਪੋਰਟਾਂ ਆਉਂਦੀਆਂ ਉਹਨਾਂ ਦੇ ਮੁਤਾਬਕ ਕਹਿੰਦਾ ਪਰ ਕੱਲ ਨੂੰ ਇਹ ਇੰਨੀ ਗਿਣਤੀ ਡੈਮੋਕਰੇਟਾਂ ਨਾਲ ਰਹੇਗੀ ਕਿ ਨਹੀਂ ਮੈਨੂੰ ਪਤਾ ਨਹੀਂ ਪਰ ਡੋਨਲਡ ਟਰੰਪ ਦੀ ਇਸ ਗੱਲ ਤੋਂ ਬਾਅਦ ਭਾਰਤੀ ਤਾਂ ਸਗੋਂ ਡੈਮੋਕਰੇਟਾਂ ਨਾਲ ਜੁੜਨਗੇ ਪਰ ਦੂਸਰੇ ਲੋਕ ਓਨੇ ਹੀ ਟਰੰਪ ਦੇ ਨਾਲ ਜੁੜ ਸਕਦੇ ਆ ਇਹ ਬੜਾ ਟੇਢਾ ਸਵਾਲ ਆ ਪਰ ਉਹਨੇ ਹਿੰਮਤ ਕੀਤੀ ਹੈ ਇਹ ਕਹਿਣ ਦੀ ਕਿ ਬਾਕੀ ਲੋਕ ਵੀ ਆਏ ਸਨ ਡੋਨਲਡ ਟਰੰਪ ਦਾ ਦਾਦਾ ਵੀ ਤੇ ਬਾਹਰੋਂ ਆਇਆ ਸੀ ਇਹਦੀ ਜਿਹੜੀ ਆ ਤੀਸਰੀ ਘਰਵਾਲੀ ਮਲੇਨੀਆ ਇਹ ਵੀ ਤੇ ਬਾਹਰੋਂ ਹੀ ਆਈ ਹੈ ਬੜੇ ਲੋਕ ਬਾਹਰੋਂ ਆਏ ਪਰ ਆਪਣੇ ਆਇਆਂ ਦਾ ਚੇਤਾ ਨਹੀਂ ਰੱਖਦੇ ਦੂਸਰਿਆਂ ਬਾਰੇ ਇੱਦਾਂ ਦੀਆਂ ਗੱਲਾਂ ਕਰਦੇ ਆ ਉਹਦਾ ਕਰਕੇ ਜੋ ਬਿਡਨ ਦਾ ਬਿਆਨ ਸਾਡੇ ਭਾਰਤੀ ਲੋਕਾਂ ਦੇ ਪੱਖ ਤੋਂ ਸਾਡੇ ਲਈ ਸਵਾਗਤਯੋਗ ਤੇ ਹਾਂਗਕਾਂਗ ਬਾਰੇ ਚੀਨ ਦਾ ਇੱਕ ਬਿਆਨ ਆਇਆ ਤੁਹਾਨੂੰ ਸਭ ਕਿ ਪੱਛਮੀ ਦੇਸ਼ ਜਾਂ ਪੱਛਮੀ ਦੇਸ਼ਾਂ ਵਰਗੇ ਜਿਹੜੇ ਦੇਸ਼ ਹੈ ਇਹਨਾਂ ਨੂੰ ਲੈ ਕੇ ਜਿਹੜੀ ਸਟੇਟਮੈਂਟ ਹੈ ਇਹਦਾ ਕੀ ਮਨੋਰਥ ਹੈ ਜੀ ਦੇਖੋ ਚੀਨ ਨੇ ਪਿਛਲੇ ਸਾਲ ਇੱਕ ਨੈਸ਼ਨਲ ਸਿਕਿਉਰਿਟੀ ਬਿੱਲ ਲਿਆਂਦਾ ਸੀ ਜਿਹੜਾ ਹਾਂਗਕਾਂਗ ਦੇ ਸਵਾਲ ਤੇ ਸੀ ਹਾਂਗਕਾਂਗ 1997 ਚ ਚੀਨ ਨੂੰ ਮਿਲਿਆ ਸੀ ਜੀ ਉਦੋਂ ਇਹ ਫੈਸਲਾ ਹੋਇਆ ਸੀ ਕਿ 50 ਸਾਲਾਂ ਤੱਕ ਇਹਦੀ ਆਟਾਨਮੀ ਇਹਦੀ ਖੁਦਮੁਖਤਾਰੀ ਰੱਖੀ ਜਾਵੇਗੀ ਚੀਨ ਨੇ ਹੌਲੀ ਹੌਲੀ ਉਹਨੂੰ ਆਪਣੇ ਵਿਚ ਇਕ ਸੂਬੇ ਵਾਂਗ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨੇ ਨਵੇਂ ਕਦਮ ਚੁੱਕੇ ਤੇ ਹਾਂਗਕਾਂਗ ਚ ਰੌਲਾ ਪੈ ਗਿਆ ਖਾਸ ਤੌਰ ਤੇ ਇਹ ਗੱਲ ਕਿ ਉਥੇ ਕਿਸੇ ਦੇ ਉੱਤੇ ਕੋਈ ਵੀ ਕੇਸ ਬਣੇ ਉਹਨੂੰ ਹਾਂਗਕਾਂਗ ਚ ਚੁੱਕ ਕੇ ਚਾਈਨਾ ਮੇਨਲੈਂਡ ਚ ਲਿਜਾ ਕੇ ਤੇ ਉਥੇ ਮੁਕਦਮਾ ਚਲਾਇਆ ਜਾ ਸਕਦਾ ਤੇ ਚਾਈਨਾ ਮੇਨਲੈਂਡ ਦੇ ਮੁਕਦਮਿਆਂ ਤੋਂ ਤਰਮਕਦੇ ਆ ਕਿ ਉਥੇ ਮੁਕਦਮੇਬਾਜ਼ੀ ਘੱਟ ਹੁੰਦੀ ਆ ਤੇ ਛੇਤੀ ਛੇਤੀ ਸਮਰੀ ਟ੍ਰਾਇਲ ਕਰਕੇ ਸਜ਼ਾਵਾਂ ਛੇਤੀ ਮਿਲ ਜਾਂਦੀਆਂ ਨੇ ਬਹੁਤ ਤੇਜ਼ੀ ਨਾਲ ਉਹ ਵਿਰੋਧ ਕਰਦੇ ਸੀ ਬਥੇਰਾ ਉਨ੍ਹਾਂ ਨੇ ਐਜੀਟੇਸ਼ਨ ਲੜੀ ਉਨ੍ਹਾਂ ਦੀ ਗੱਲ ਨਹੀਂ ਬਣੀ ਹੁਣ ਇਨ੍ਹਾਂ ਨੇ ਇਸ ਹਫ਼ਤੇ ਪਾਸ ਵੀ ਕਰ ਦੋ ਤਿੰਨ ਮਹੀਨੇ ਪਹਿਲਾਂ ਪਾਸ ਕਰਤਾ ਸੀ ਤੇ ਇਸ ਹਫ਼ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਹਦੇ ਉੱਤੇ ਦਸਤਖਤ ਕਰ ਦਿੱਤੇ ਆ ਤੇ ਹੁਣ ਕਾਨੂੰਨ ਬਣ ਗਿਆ ਤੇ ਹਾਂਗਕਾਂਗ ਚ ਲਾਗੂ ਹੋ ਗਿਆ ਪਰਸੋਂ ਉਸ ਨਵੇਂ ਕਾਨੂੰਨ ਦੇ ਮੁਤਾਬਕ ਹਾਂਗਕਾਂਗ ਚ ਪਹਿਲਾ ਕੇਸ ਦਰਜ ਵੀ ਹੋ ਗਿਆ ਪਰ ਲੋਕਾਂ ਚ ਤੇ ਕਾਫ਼ੀ ਗੁੱਸਾ ਪਰ ਹੁਣ ਉਸ ਗੁੱਸੇ ਨੂੰ ਅੱਗੇ ਵਾਂਗ ਇੱਕੀ ਤਰ੍ਹਾਂ ਉਹ ਜ਼ਾਹਰ ਨਹੀਂ ਕਰ ਰਹੇ ਕਿਉਂਕਿ ਜੇ ਜ਼ਾਹਰ ਕੀਤਾ ਤੇ ਹੁਣ ਚੀਨ ਦਾ ਕੰਟਰੋਲ ਵੱਧ ਗਿਆ ਤੇ ਉਹ ਸਖ਼ਤੀ ਕਰ ਸਕਦਾ ਦੂਸਰਾ ਪੱਖ ਹੈਗਾ ਪੱਛਮੀ ਦੇਸ਼ਾਂ ਵਾਲਾ ਜਾਂ ਪੱਛਮੀ ਦੇਸ਼ਾਂ ਵਰਗੇ ਦੇਸ਼ਾਂ ਵਾਲਾ ਇਸ ਕਰਕੇ ਕਿ ਅੱਜ ਜਿਹੜੇ ਬਰਤਾਨੀਆ ਫਰਾਂਸ ਜਰਮਨੀ ਇਟਲੀ ਪਰੇ ਅਮਰੀਕਾ ਕੈਨੇਡਾ ਇਹ ਸਾਰੇ ਪੱਛਮੀ ਦੇਸ਼ ਨੇ ਸਾਡੇ ਪੱਛਮ ਵੱਲ ਨੇ ਪਰ ਦੋ ਦੇਸ਼ ਉੱਥੇ ਇਹੋ ਜਿਹੇ ਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੜੇ ਪੱਛਮ ਵਿਚ ਨਹੀਂ ਗਏ ਪੱਛਮੀ ਨਹੀਂ ਗਏ ਹੈ ਉਹ ਸਾਊਥ ਵਿਚ ਜਾ ਕੇ ਪੈਂਦੇ ਨੇ ਦੱਖਣੀ ਬਣ ਜਾਂਦੇ ਆ ਪਰ ਉਹ ਪੱਛਮ ਵਰਗੇ ਨੇ ਉਹਨਾਂ ਦਾ ਪਿਛੋਕੜ ਜਿਹੜਾ ਪੱਛਮ ਵਾਲੇ ਦੇਸ਼ਾਂ ਦਾ ਇਸ ਕਰਕੇ ਪੱਛਮ ਵਾਲੇ ਤੇ ਪੱਛਮ ਵਰਗੇ ਇਹ ਸਾਰੇ ਦੇਸ਼ ਇਕੱਠਾ ਇਕੋ ਜਿਹੜਾ ਬਲਾਕ ਹੈ ਉਨ੍ਹਾਂ ਦਾ ਲਗਭਗ ਮਿਲਦਾ ਫੈਸਲਾ ਹੁੰਦਾ ਤੇ ਉਹ ਸਾਰੇ ਇਸ ਵੇਲੇ ਚੀਨ ਦੇ ਇਸ ਫੈਸਲੇ ਦੇ ਖਿਲਾਫ਼ ਨੇ ਪਹਿਲਾਂ ਤਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਜੇ ਚੀਨ ਇਸ ਤਰ੍ਹਾਂ ਦੀ ਸਖ਼ਤੀ ਕਰੇਗਾ ਤੇ ਹਾਂਗਕਾਂਗ ਚ ਵਸਦੇ ਜਿਹੜੇ ਲੋਕ ਨੇ ਇਨ੍ਹਾਂ ਵਿਚੋਂ 30 ਲੱਖ ਲੋਕਾਂ ਨੂੰ ਅਸੀਂ ਬਰਤਾਨੀਆ ਦੇ ਵਿਚ ਸਿਟੀਜ਼ਨਸ਼ਿਪ ਦੇਵਾਂਗੇ ਇੱਥੇ ਆਉਣ ਦਾ ਮੌਕਾ ਦੇ ਦਿਆਂਗੇ ਉਹ ਚੀਨ ਨੂੰ ਛੱਡ ਕੇ ਹਾਂਗਕਾਂਗ ਨੂੰ ਛੱਡ ਕੇ ਇੱਥੇ ਆ ਸਕਦੇ ਫਿਰ ਅਮਰੀਕਾ ਨੇ ਕਹਿ ਦਿੱਤਾ ਅਸੀਂ ਵੀ ਇੱਥੇ ਵਸਾਵਾਂਗੇ ਆਸਟ੍ਰੇਲੀਆ ਨੇ ਆਖਿਆ ਅਸੀਂ ਵੀ ਇਹਦੇ ਬਾਰੇ ਸੋਚ ਰਹੇ ਹਾਂ ਇਹ ਸਾਰੇ ਜਦੋਂ ਇਸ ਪੱਖ ਤੋਂ ਸੋਚਣ ਲੱਗੇ ਤੇ ਚੀਨ ਵੀ ਫਿਰ ਪੈ ਗਿਆ ਵੀ ਜਿਹੜਾ ਤੁਸੀਂ ਇਹ ਕਰਦੇ ਪਏ ਹੋ ਇਹ ਕਿਸਮ ਦੀ ਚੀਨ ਦੇ ਖਿਲਾਫ਼ ਜਿਹੜੀ ਕਤਾਰਬੰਦੀ ਹੈ ਤੁਹਾਨੂੰ ਇਹਦੇ ਸਿੱਟੇ ਭੁਗਤਣੇ ਪੈਣਗੇ ਇਹ ਮੁੱਦਾ ਇਸ ਵੇਲੇ ਕਾਫ਼ੀ ਭੱਖਿਆ ਪਿਆ ਤੇ ਸੰਸਾਰ ਪੱਧਰ ਦਾ ਮੁੱਦਾ ਜਿਹਦੇ ਤੇ ਅਗਲਿਆਂ ਦਿਨਾਂ ਚ ਇਨ੍ਹਾਂ ਦਾ ਟਕਰਾਅ ਵੱਧ ਸਕਦਾ ਉਹ ਟਕਰਾਅ ਇਹੋ ਜਿਹਾ ਧਿਆਨ ਨਹੀਂ ਰੱਖ ਕੇ ਇੱਥੇ ਕੋਈ ਸੰਸਾਰ ਜੰਗ ਲੱਗ ਜਾਣੀ ਹੈ ਇਹੋ ਜਿਹੀ ਕੋਈ ਗੱਲ ਨਹੀਂ ਪਰ ਵਪਾਰ ਜੰਗ ਲੱਗ ਜਾਣੀ ਆ ਉਸ ਵਪਾਰ ਜੰਗ ਦੇ ਵਿਚ ਇਕ ਪਾਸੇ ਸਾਰੇ ਹੋਣਗੇ ਦੂਜੇ ਪਾਸੇ ਚੀਨ ਹੋਵੇਗਾ ਇਨ੍ਹਾਂ ਸਾਰਿਆਂ ਦੇ ਅੰਦਰ ਚੀਨ ਦੀ ਇਨਵੈਸਟਮੈਂਟ ਬਹੁਤ ਆ ਚੀਨ ਦੀਆਂ ਕੰਪਨੀਆਂ ਦੀ ਘੁਸਪੈਠ ਬਹੁਤ ਆ ਪਰ ਚੀਨ ਵਿਚ ਇਨ੍ਹਾਂ ਚੋਂ ਕਿਸੇ ਦੀ ਉਸ ਹੱਦ ਤੱਕ ਘੁਸਪੈਠ ਨਹੀਂ ਗਈ ਚੀਨ ਇਹਦੇ ਵੱਲੋਂ ਨਰਲੇ ਪਿਆ ਕਿ ਉਹਦੇ ਅੰਦਰ ਬੜਾ ਮਜ਼ਬੂਤ ਸਿਸਟਮ ਹੈ ਜਕੜ ਉਹਦੀ ਪੱਕੀ ਹੈ ਜਿਹਦੇ ਚ ਦਖਲ ਨਹੀਂ ਦੇ ਸਕੇ ਤੇ ਇਨ੍ਹਾਂ ਦੇ ਦੇਸ਼ਾਂ ਵਿਚ ਉਹਦਾ ਦਖਲ ਕਾਫ਼ੀ ਹੱਦ ਤੱਕ ਹੈ ਸੋ ਅਗਲਿਆਂ ਦਿਨਾਂ ਚ ਅਸੀਂ ਆਸ ਕਰ ਸਕਦੇ ਹਾਂ ਕਿ ਟੱਕਰ ਹੋਰ ਤਿੱਖੀ ਹੋਵੇਗੀ ਉਹ ਟੱਕਰ ਕਿਹੜੀ ਹੱਦ ਤੱਕ ਜਾਵੇਗੀ ਅਜੇ ਇਸ ਪੜਾਅ ਦੇ ਉੱਤੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਾਕਿਸਤਾਨ ਦੀ ਗੱਲ ਕਰੀਏ ਜੀ ਤਾਂ ਇੱਕ ਅੱਜ ਬੜੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ ਫਾਰੂਖਾਬਾਦ ਦੇ ਵਿਚ ਜਿੱਥੇ 19 ਜਾਂ 20 ਸ਼ਰਧਾਲੂ ਮਰੇ 19-20 ਦੇਖੋ ਜਿੰਨੇ ਵੀ ਨੇ
ਭਾਵੇਂ ਪੰਜ ਹੀ ਆਉਣ, ਇਹੋ ਜਿਹਾ ਹਾਦਸਾ ਮਾੜਾ ਹੁੰਦਾ। ਉਹ ਸਿੱਖ ਸ਼ਰਧਾਲੂ ਸਨ, ਗੱਡੀ ਇੱਕ ਤੇ ਜਾ ਰਿਹਾ ਸੀ, ਕੋਨਾ ਫਾਟਕ ਸੀ, ਕੋਨਾ ਫਾਟਕ ਸਾਡੇ ਵੀ ਤੇ ਪਾਕਿਸਤਾਨ ਦੇ ਵਿਚ ਵੀ ਉਹਨੂੰ ਕਹਿੰਦੇ ਆ, ਜਿੱਥੇ ਗੇਟ ਨੀ ਲੱਗਾ ਹੁੰਦਾ ਤੇ ਗੇਟ ਕੀਪਰ ਨੀ ਹੁੰਦਾ। ਕੋਨਾ ਫਾਟਕ ਸੀ, ਉਥੋਂ ਰੇਲ ਨੂੰ ਲੰਘਣ ਲੱਗੇ, ਨਾ ਡਰਾਈਵਰ ਨੇ ਵੇਖਿਆ ਨਾ ਸਵਾਰੀਆਂ ਨੇ ਖੱਬੇ ਸੱਜੇ ਵੇਖਿਆ, ਰੇਲ ਗੱਡੀ ਆਉਂਦੀ ਸੀ। ਅੱਗੇ ਚਲੇ ਗਏ, ਗੱਡੀ ਵੱਜੀ ਆ, ਉਹਦੇ ਚ 19 ਜਣੇ ਸਾਰੇ ਸਿੱਖ ਸੀਗੇ, ਉਹ ਮਾਰੇ ਗਏ ਨੇ। ਇਹ ਗੱਲ ਬੜੀ ਅਫਸੋਸਨਾਕ ਆ ਹਾਦਸਾ, ਕਿਉਂਕਿ ਨਨਕਾਣਾ ਸਾਹਿਬ ਦੇ ਬਿਲਕੁਲ ਲਾਗੇ ਹੋਇਆ, ਇਸ ਕਰਕੇ ਅਜੇ ਤੱਕ ਇਹ ਸਮਝਿਆ ਜਾ ਰਿਹਾ ਕਿ ਉਹ ਜਾਂ ਨਨਕਾਣਾ ਸਾਹਿਬ ਗਏ ਹੋਣਗੇ ਜਾਂ ਉਥੋਂ ਆ ਰਹੇ ਹੋਣਗੇ। ਡਾਨ ਦੀਆਂ ਖਬਰਾਂ ਉਹਦੇ ਮੁਤਾਬਕ ਵਾਪਸ ਆ ਰਹੇ ਆ, ਬਸ ਉਹੀ ਗੱਲ ਅਜੇ ਕੁਝ ਪੱਕਾ ਨੀ, ਪਰ ਡਾਨ ਦੀ ਖਬਰ ਮੈਂ ਨੀ ਪੜ੍ਹੀ, ਹੋ ਸਕਦਾ ਡਾਨ ਦੀ ਖਬਰ ਠੀਕ ਹੋਵੇਗੀ, ਕਿਉਂਕਿ ਡਾਨ ਉਥੋਂ ਦੇ ਪ੍ਰਮੁੱਖ ਟੀਵੀ ਚੈਨਲ ਵੀ ਆ ਤੇ ਅਖਬਾਰ ਵੀ ਆ, ਉਹ ਸਾਰਾ ਕੁਝ ਮੀਡੀਆ ਦੇ ਵਿਚ ਉਨ੍ਹਾਂ ਦੀ ਵੱਡੀ ਵੱਡੀ ਥਾਂ। ਜੇ ਉਨ੍ਹਾਂ ਦੀ ਖਬਰ ਹੈ ਤੇ ਸੱਚੀ ਹੋਵੇਗੀ, ਮੈਨੂੰ ਪਤਾ ਅੰਦਾਜ਼ਾ ਕਿ ਜਾਂ ਜਾ ਰਹੇ ਹੋਣਗੇ ਜਾਂ ਆ ਰਹੇ ਹੋਣਗੇ, ਜੇ ਆ ਰਹੇ ਤਾਂ ਵੀ ਜਾਂਦੇ ਵੀ ਹੁੰਦੇ ਤਾਂ ਵੀ। ਗੱਲ ਆਪਣੇ ਆਪ ਚ ਮਾੜੀ ਹੈ ਕਿ 19 ਸਿੱਖਾਂ ਦੀ ਉਥੇ ਮੌਤ ਹੋ ਗਈ ਹੈ ਔਰ ਇਕ ਰੇਲ ਹਾਦਸੇ ਚ ਹੋ ਗਈ ਹੈ, ਜਿਹਦੇ ਲਈ ਹੁਣ ਅਸਲ ਵਿਚ ਡਰਾਈਵਰ ਨੂੰ ਦੋਸ਼ੀ ਕਿਹਾ ਜਾ ਸਕਦਾ, ਸਰਕਾਰ ਦਾ ਜਾਂ ਕਿਸੇ ਹੋਰ ਦਾ ਕੋਈ ਕਸੂਰ ਕੀ ਕੱਢੂਗਾ, ਗੇਟ ਹੀ ਨੀ ਲੱਗਾ। ਗੇਟ ਸਾਡੇ ਭਾਰਤ ਵਿਚ ਵੀ ਤਾਂ ਕਿਹੋ ਜਿਹੇ ਬੜੇ ਗੇਟ ਨੇ ਜਿੱਥੇ ਗੇਟ ਕੀਪਰ ਹੈ ਨੀ ਗਾ, ਉਥੇ ਏਦਾਂ ਦੇ ਹਾਦਸੇ ਹੁੰਦੇ ਰਹਿੰਦੇ। ਬਿਲਕੁਲ, ਤੇ ਪਾਕਿਸਤਾਨ ਤੋਂ ਇਕ ਹੋਰ ਵੀ ਖਬਰ ਹੈ ਜੀ, ਉਥੋਂ ਦੇ ਜਿਹੜੇ ਪਾਇਲਟ ਸੀ, ਪਹਿਲਾਂ ਤਾਂ ਕਿਉਂਕਿ ਜਿਹੜਾ ਹਾਦਸਾ ਬੀਤੇ ਦਿਨਾਂ ਦੇ ਵਿਚ ਵਾਪਰਿਆ ਸੀ ਮਈ ਚ, ਉਹ ਵੀ ਇਹੋ ਜਿਹੇ ਅਣਗਹਿਲੀ ਦੇ ਨਾਲ ਵਾਪਰਿਆ ਸੀ, ਤੇ ਹੁਣ ਅਗਲੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਾਇਲਟਸ ਨੇ ਉਨ੍ਹਾਂ ਦੇ ਲਾਇਸੈਂਸ ਫਰਜ਼ੀ ਹੈ। ਇਹ ਗੱਲ ਆਪਾਂ ਪਹਿਲਾਂ ਵੀ ਕਰ ਲਈ ਸੀ, ਪਰ ਹੁਣ ਪਾਕਿਸਤਾਨ ਤੋਂ ਬਾਹਰ ਜਿਹੜੇ ਹੋਰ ਏਅਰਲਾਈਨਸ ਕੰਮ ਕਰ ਰਹੇ ਉਨ੍ਹਾਂ ਪਾਇਲਟਸ ਦੇ ਵਾਸਤੇ ਅੜਿੱਕੇ ਲੱਗਣੇ ਸ਼ੁਰੂ ਹੋ ਗਏ ਜੀ। ਦੇਖੋ, ਇਹਦੇ ਚ ਪਹਿਲੀ ਖਬਰ ਜਿਹੜੀ ਸੀ ਉਹ ਕਤਰ ਏਅਰਵੇਜ਼ ਤੇ UAE ਤੋਂ ਆਈ ਸੀ ਕਿ ਉਨ੍ਹਾਂ ਦੀਆਂ ਏਅਰਲਾਈਨਾਂ ਚ ਜਿਹੜੇ ਜਿਹੜੇ ਪਾਕਿਸਤਾਨੀ ਕੰਮ ਕਰਦੇ ਆ ਉਨ੍ਹਾਂ ਨੂੰ ਉਨ੍ਹਾਂ ਨੇ ਇਹ ਕਹਿ ਕੇ ਹਟਾ ਦਿੱਤਾ ਸੀ ਕਿ ਸਾਨੂੰ ਪਤਾ ਲੱਗਾ ਤੁਹਾਡੇ ਲਾਇਸੈਂਸ ਜਾਲੀ ਆ। ਇਹਦੇ ਨਾਲ ਰੌਲਾ ਪਿਆ, ਫਿਰ ਪਾਕਿਸਤਾਨ ਦੀ ਜਿਹੜੀ ਪਾਕਿਸਤਾਨ ਇੰਟਰਨੈਸ਼ਨਲ ਏਅਰਵੇਜ ਆ PIA, ਉਨ੍ਹਾਂ ਨੇ ਆਪਣੇ ਤੌਰ ਤੇ 262 ਪਾਇਲਟ ਜਿਹੜੇ ਸੀ ਉਨ੍ਹਾਂ ਨੂੰ ਡਿਊਟੀ ਤੋਂ ਰੋਕ ਦਿੱਤਾ ਕਿ ਤੁਸੀਂ ਨਹੀਂ ਆਉਣਾ, ਕਿਉਂਕਿ ਤੁਹਾਡੇ ਲਾਇਸੈਂਸ ਰਿਕਾਰਡ ਵਿਚ ਨਹੀਂ ਗਏ, ਇਹ ਜਾਲੀ ਜਾਪਦੇ ਆ, ਤੁਹਾਡੀ ਪੂਰੀ ਪੜਤਾਲ ਹੋਵੇਗੀ, ਉਨ੍ਹਾਂ ਚਿਰ ਤੁਸੀਂ ਡਿਊਟੀ ਤੇ ਨਾ ਆਇਓ। ਕੱਲੇ ਪਾਇਲਟ ਨਹੀਂ, ਉਨ੍ਹਾਂ ਦੇ ਨਾਲ ਦਾ ਜਿਹੜਾ ਸਬੰਧਤ ਸਟਾਫ ਆ ਉਹ ਵੀ ਕਾਫੀ ਸਾਰਾ ਜਿਹੜਾ ਉਹ ਰੋਕਿਆ ਗਿਆ। ਇਹਦਾ ਅਸਰ ਇਹ ਪਿਆ ਕਿ ਵੀਤਨਾਮ ਦੇ ਵਿਚ ਕਈ ਪਾਕਿਸਤਾਨੀ ਪਾਇਲਟ ਉਥੇ ਡਿਊਟੀ ਕਰਦੇ ਪਏ ਸਨ। ਵੀਤਨਾਮ ਦੀ ਸਰਕਾਰ ਨੇ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਮ ਪਾਕਿਸਤਾਨ ਇੰਟਰਨੈਸ਼ਨਲ ਏਅਰਵੇਜ਼ ਦੀ 262 ਵਾਲੀ ਸੂਚੀ ਵਿਚ ਹੈਗੇ ਆ, ਕਦੇ ਉਥੇ ਨੌਕਰੀ ਕਰ ਚੁੱਕੇ ਆ ਪਹਿਲਾਂ, ਉਹ 262 ਚ ਜਿਹੜੇ ਉਹ ਕੰਮ ਛੱਡ ਜਾਓ ਤੇ ਬਾਕੀਆਂ ਨੂੰ ਵੀ ਡਿਊਟੀ ਤੋਂ ਰੋਕਤਾ ਕਿ ਤੁਸੀਂ ਅਜੇ ਇੱਥੇ ਡਿਊਟੀ ਨਹੀਂ ਕਰਨੀ। ਹੁਣ ਇਸ ਹਫ਼ਤੇ ਜਿਹੜੀ ਨਵੀਂ ਖਬਰ ਆਈ ਉਹ ਯੂਰਪ ਤੋਂ, ਯੂਰਪ ਦੇ 28 ਦੇਸ਼ਾਂ ਦੀ ਯੂਰਪੀਅਨ ਯੂਨੀਅਨ ਆ, ਜਿਸ ਚ ਪਹਿਲਾਂ 29 ਹੁੰਦਾ ਸੀ ਗ੍ਰੇਟ ਬ੍ਰਿਟੇਨ ਤੇ ਬ੍ਰਿਟੇਨ ਹੁਣ ਪਾਸੇ ਹੋ ਗਿਆ, ਜਿਹੜੇ ਬਾਕੀ 28 ਦੇਸ਼ਾਂ ਦੀ ਯੂਰਪੀਅਨ ਯੂਨੀਅਨ, ਉਨ੍ਹਾਂ ਨੇ ਦੋ ਫੈਸਲੇ ਕਰ ਲਏ। ਇਕ ਤਾਂ ਇਹ ਕਿ ਕੋਈ ਵੀ ਪਾਕਿਸਤਾਨੀ ਅਗਲੇ 6 ਮਹੀਨੇ ਚ ਉਥੇ ਕੋਈ ਪਾਇਲਟ ਜਿਹੜਾ ਉਹ ਡਿਊਟੀ ਨਹੀਂ ਕਰੇਗਾ। ਦੂਜੀ ਗੱਲ ਇਹ ਕਹਿਤੀ ਆ ਕਿ ਬਾਕੀ ਜਿਹੜੀਆਂ ਏਅਰਲਾਈਨਸ ਨੇ ਉਹ ਚੱਲ ਸਕਦੀਆਂ ਨੇ, ਪਾਕਿਸਤਾਨ ਤੋਂ ਹੋ ਕੇ ਵੀ ਆਉਣ ਤੇ ਬਰਦਾਸ਼ਤ ਕਰਾਂਗੇ, ਪਰ ਪਾਕਿਸਤਾਨ ਇੰਟਰਨੈਸ਼ਨਲ ਏਅਰਵੇਜ਼ ਦੀ ਕੋਈ ਫਲਾਈਟ ਯੂਰਪ ਦੇ ਦੇਸ਼ਾਂ ਚ ਉਨ੍ਹਾਂ ਚਿਰ ਤੱਕ ਨਹੀਂ ਆਵੇਗੀ ਜਦੋਂ ਤੱਕ ਪਾਕਿਸਤਾਨ ਦੇ ਪਾਇਲਟਸ ਜਿਹੜੇ ਆ ਉਨ੍ਹਾਂ ਦੇ ਬਾਰੇ ਸਾਰੀ ਪੜਤਾਲ ਪੂਰੀ ਨਹੀਂ ਹੋ ਜਾਂਦੀ। ਉਹ ਪੜਤਾਲ 6 ਮਹੀਨੇ ਦਾ ਟਾਈਮ ਯੂਰਪੀ ਯੂਨੀਅਨ ਨੇ ਦੇ ਦਿੱਤਾ। ਹੁਣ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਦਾ ਜਿਹੜਾ ਡਾਇਰੈਕਟੋਰੇਟ ਜਨਰਲ ਸਿਵਲ ਐਵੀਏਸ਼ਨ ਹੈ ਉਨ੍ਹਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਮਿੱਥੇ ਹੋਏ ਸਮੇਂ ਦੇ ਅੰਦਰ ਇਸ ਪੜਤਾਲ ਸਾਰੀ ਨੂੰ ਸਿਰੇ ਲਾਉਣ, ਨਹੀਂ ਤਾਂ ਫਿਰ ਦੁਨੀਆਂ ਭਰ ਦੇ ਵਿਚ ਇਨ੍ਹਾਂ ਦੀ ਬਦਨਾਮੀ ਹੋਵੇਗੀ। ਉਂਝ ਉਥੇ ਜਿਹੜਾ ਉਹ ਪਹਿਲਾਂ ਤੁਸੀਂ ਹਾਦਸੇ ਦੀ ਗੱਲ ਕੀਤੀ ਹੈ, ਹਵਾਈ ਹਾਦਸੇ ਦੀ, ਉਹਦੇ ਬਾਰੇ ਅਜੇ ਤੱਕ ਇਹੋ ਜਿਹੀ ਰਿਪੋਰਟ ਤਾਂ ਨਹੀਂ ਆਈ ਕਿ ਉਨ੍ਹਾਂ ਦੇ ਪਾਇਲਟਸ ਦੇ ਲਾਇਸੈਂਸ ਅਸਲੀ ਸਨ ਕਿ ਨਹੀਂ। ਦੂਜੀ ਰਿਪੋਰਟ ਆਉਂਦੀ ਹੈ ਕਿ ਦੋਵੇਂ ਪਾਇਲਟ ਜਿਉਂ ਉਡੇ ਸਾਰੇ ਰਸਤੇ ਇਹੋ ਹੀ ਗੱਲਾਂ ਕਰਦੇ ਆਏ ਕਿ ਕੋਰੋਨਾ ਵਾਇਰਸ ਤਾਂ ਚੜੀ ਆਉਂਦਾ, ਸਾਡੀ ਸਰਕਾਰ ਕਰਦੀ ਕੁਛ ਨਹੀਂ, ਜੇ ਇਹੋ ਆ ਰਿਹਾ ਤੇ ਆਪਣਾ ਕੀ ਬਣੂ, ਆਪਣੇ ਪਰਿਵਾਰਾਂ ਦਾ ਕੀ ਬਣੂ। ਜਦੋਂ ਨੇੜੇ ਆ ਗਏ ਸਨ ਤੇ ਕਰਾਚੀ ਦੇ ਏਅਰ ਟ੍ਰੈਫਿਕ ਕੰਟਰੋਲ ਵਾਲਿਆਂ ਨੇ ATC ਵਾਲਿਆਂ ਨੇ ਉਨ੍ਹਾਂ ਨੂੰ ਆਖਿਆ ਥੱਲੋਂ ਕਾਲ ਕਰਕੇ ਕਿ ਏਅਰਪੋਰਟ ਨੇੜੇ ਆ ਗਿਆ, ਤੁਸੀਂ ਲੈਂਡਿੰਗ ਵਾਲੇ ਪਾਸੇ ਧਿਆਨ ਦਿਓ, ਤੁਸੀਂ ਗੱਲੀ ਲੱਗੇ ਆ। ਉਹ ਕਹਿੰਦੇ ਨਹੀਂ ਕੋਈ ਨੀ, ਅਸੀਂ ਲੈਂਡਿੰਗ ਕਰਨ ਵਾਸਤੇ ਅਸੀਂ ਠੀਕ ਅਸੀਂ ਕਰਦੇ ਪਏ। ਔਰ ਇਹ ਗੱਲ ਕਹਿ ਕੇ ਤੇ ਫਿਰ ਦੋਵੇਂ ਜਣੇ ਆਪੋ ਚ ਕੋਰੋਨਾ ਦੀ ਗੱਲ ਛੇੜ ਕੇ ਬਹਿ ਗਏ।
ਉਨ੍ਹਾਂ ਦਾ ਸਾਰਾ ਧਿਆਨ ਕਰੋਨਾ ਤੇ ਸੀ। ਉਹ ਇੰਨਾ ਮਾਨਸਿਕ ਤੌਰ ਤੇ ਕਰੋਨਾ ਦੇ ਕਾਰਨ ਦਬਾਅ ਥੱਲੇ ਸੀ ਕਿ ਸਮਝਿਆ ਜਾਂਦਾ ਕਿ ਹਾਦਸਾ ਜਿਹੜਾ ਉਨ੍ਹਾਂ ਦਾ ਕਰੋਨਾ ਵੱਲ ਧਿਆਨ ਜਾਣ ਤੇ ਡਿਊਟੀ ਵੱਲ ਲਾਪਰਵਾਹੀ ਦੇ ਕਾਰਨ ਹੋਇਆ, ਜਿਹਦੇ ਚ ਕਾਫੀ ਮੌਤਾਂ ਹੋਈਆਂ ਸੀ। ਸਾਡੇ ਨਾਲ ਚੀਨ ਦੀ ਸਰਹੱਦ ਲੱਗਦੀ ਹੈ ਤੇ ਸਾਡੀ ਚੀਨ ਦੇ ਨਾਲ ਵੀ ਲੱਗਦੀ ਹੈ ਅੱਜ ਕੱਲ, ਤੇ ਉਥੋਂ ਦੀਆਂ ਜਿਹੜੀਆਂ ਅਨਾਹਟ ਸੋਸ਼ਲ ਸਾਈਟਸ ਸੀ, ਐਪਸ ਸੀਗੀਆਂ, ਉਹ ਬੰਦ ਕਰਤੀਆਂ, ਤੇ ਹੁਣ ਚੀਨ ਦਾ ਕੀ ਰੁਖ ਹੈ ਜੀ ਇਹਨਾਂ ਗੱਲਾਂ ਨੂੰ ਲੈ ਕੇ? ਦੇਖੋ, ਜਿਹੜੀਆਂ ਚੀਨ ਦੀਆਂ 59 ਸਾਈਟਸ ਅਸੀਂ ਬੰਦ ਕੀਤੀਆਂ ਨੇ, ਸਰਵਿਸ ਐਪਸ ਬੰਦ ਕੀਤੀਆਂ ਨੇ, ਉਹਦੇ ਤੋਂ ਭਾਰਤੀ ਲੋਕ ਵੀ ਤੰਗ ਹੋਏ ਆ। ਹੁਣ ਆ ਜਿਹੜੀ ਟਿਕਟੋਕ ਸੀ, ਉਹ ਤੇ ਦੁਨੀਆਂ ਭਰ ਦੇ ਵਿਚ ਮਸ਼ਹੂਰ ਸੀ, ਸਾਡੇ ਵੀ ਇੱਥੇ ਟਿਕਟੋਕ ਕੋਰੋਨਾ ਵਾਇਰਸ ਦੇ ਲਾਕਡਾਊਨ ਤੇ ਕਰਫਿਊ ਦੇ ਦੌਰਾਨ ਲੋਕਾਂ ਵਾਸਤੇ ਮਨੋਰੰਜਨ ਦਾ ਚੰਗਾ ਵਸੀਲਾ ਸੀ। ਘਰੇ ਬੈਠੇ ਗੰਢੇ ਪਿਆਜ਼ ਚੀਰਦੇ ਵੀ, ਟਮਾਟਰ ਚੀਰਦੇ ਵੀ, ਬਣਾ ਕੇ ਤੇ ਨਿੱਕੀ ਜੀ ਇਕ ਮਿੰਟ ਦੀ ਤੇ ਟਿਕਟੋਕ ਤੇ ਪਾ ਦਿੰਦੇ ਸੀ, ਉਹ ਸਾਰੇ ਪਾਸੇ ਫੈਲ ਜਾਂਦੀ ਸੀ, ਲੋਕਾਂ ਚ ਬਹੁਤ ਚਰਚਾ ਸੀ। ਜਿਹੜੀ ਉਹ ਟਿਕਟੋਕ ਸੀ, ਇਹਦੇ ਨਾਲ ਕਈ ਟਿਕਟੋਕ ਸਟੋਰ ਬਣ ਗਏ। ਮੋਗੇ ਦੇ ਨੇੜੇ ਇਕ ਪਿੰਡ ਚੋਂ ਭੱਠੇ ਤੇ ਇੱਟਾਂ ਬਣਾਉਣ ਵਾਲੇ ਦੀ ਧੀ, ਛੋਟੀ ਜੀ ਬੱਚੀ ਹੈ, ਉਹ ਟਿਕਟੋਕ ਸਟਾਰ ਬਣ ਗਈ। ਕੁੜੀ ਦਾ ਨਾਂ ਨੂਰ ਹੈ, ਪੰਜਾਬ ਸਰਕਾਰ ਨੇ ਉਹਨੂੰ 5 ਲੱਖ ਦਾ ਇਨਾਮ ਦੇ ਦਿੱਤਾ। ਹਰਿਆਣੇ ਚ ਦੋ ਕੁੜੀਆਂ ਟਿਕਟੋਕ ਸਟਾਰ ਬਣ ਗਈਆਂ, ਉਨ੍ਹਾਂ ਚੋਂ ਇਕ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ, ਇੱਕ ਸ਼ਾਇਦ ਟਿਕਟੋਕ ਸਟਾਰ ਦੀ ਟਿਕਟ ਨਾਲ ਹੀ ਇਹਨੇ ਜਿੱਤ ਜਾਣਾ, ਪਰ ਉਹ ਵਿਧਾਨ ਸਭਾ ਚੋਣਾਂ ਚ ਹਾਰ ਗਈ ਸੀ, ਪਾਰ ਨਹੀਂ ਲੱਗ ਸਕੀ। ਬੜੇ ਲੋਕ ਇਹਦੇ ਦੀਵਾਨੇ ਸਨ, ਉਹ ਵੀ ਬੰਦ ਹੋ ਗਈ। ਚੀਨ ਦੀ ਇਕ ਹੋਰ ਸਰਵਿਸ ਸੀਗੀ, ਐਪ ਸੀ ਉਨ੍ਹਾਂ ਦੀ ਸ਼ੇਅਰ ਇਟ, ਇਕ ਕੈਮ ਸਕੈਨ ਸ਼ਬਦ ਦਾ ਨਾਮ, ਉਹ ਕੋਈ ਵੀ ਫੋਟੋ ਲਓ ਤੇ ਨਾਲ ਹੀ ਸਕੈਨ ਕਰ ਦਿੰਦੀ ਮੋਬਾਈਲ ਦੇ ਉੱਤੇ ਸਰਵਿਸ ਸੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਾਰਤ ਸਰਕਾਰ ਨੇ ਬੰਦ ਕਰ ਦਿੱਤੀਆਂ, ਇਹ ਕਹਿ ਕੇ ਬੰਦ ਕੀਤੀਆਂ ਕਿ ਇਨ੍ਹਾਂ ਸਰਵਿਸਿਸ ਰਾਹੀਂ ਭਾਰਤ ਦਾ ਡਾਟਾ ਵੀ ਚੋਰੀ ਹੋ ਸਕਦਾ, ਭਾਰਤ ਦੀ ਸਿਕਿਉਰਿਟੀ ਨੂੰ ਵੀ ਖਤਰਾ ਹੋ ਸਕਦਾ, ਔਰ ਇਹ ਗੂਗਲ ਪਲੇ ਸਟੋਰ ਤੋਂ ਭਾਰਤ ਦੇ ਖੇਤਰ ਵਿਚ ਹਟਾਉਣ ਦਾ ਜਿਹੜਾ ਇਨ੍ਹਾਂ ਨੇ ਰਿਕੁਐਸਟ ਕੀਤੀ ਉਹ ਗੂਗਲ ਨੇ ਮੰਨ ਲਈ ਹੈ। ਹੁਣ ਬਾਕੀ ਕੰਪਨੀਆਂ ਨੇ ਮੰਨ ਲਈ, ਆਪੋ ਆਪਣੇ ਟੈਲੀਫੋਨ ਸੈੱਟਾਂ ਤੋਂ ਹਟਾਈ ਜਾ ਰਹੀਆਂ ਨੇ। ਇਹਦੇ ਨਾਲ ਕੁਛ ਹੱਦਾਂ ਤੱਕ ਲੋਕਾਂ ਦੇ ਜਿਹੜੇ ਹਿੱਤ ਜੁੜੇ ਹੋਏ ਸਨ ਉਹਦਾ ਨੁਕਸਾਨ ਵੀ ਹੋਊ। ਦੂਸਰੇ ਪਾਸੋਂ ਇਹ ਕਿ ਭਾਰਤ ਦੇ ਜਿਹੜੇ ਵੱਡੇ ਪੂੰਜੀਪਤੀ ਆ ਉਹਨਾਂ ਦੀਆਂ ਐਪਸ ਚੱਲ ਨਹੀਂ ਸੀ ਰਹੀਆਂ, ਬੜੀ ਤੇਜ਼ੀ ਨਾਲ ਚੱਲੀਆਂ ਨੇ। ਤੀਜਾ ਇਹ ਹੈ ਕਿ ਇਹ ਐਪਸ ਸਿਰਫ ਚੀਨ ਵਿਚੋਂ ਨਹੀਂ ਸੀ ਚਲਾਈਆਂ ਜਾਂਦੀਆਂ, ਇਨ੍ਹਾਂ ਦੇ ਦਫ਼ਤਰ ਭਾਰਤ ਵਿਚ ਵੀ ਬਣੇ ਹੋਏ ਸੀ। ਉਨ੍ਹਾਂ ਦਫ਼ਤਰਾਂ ਚ ਕੰਮ ਕਰਦੇ ਮੁੰਡੇ ਕੁੜੀਆਂ ਹਜ਼ਾਰਾਂ ਦੀ ਗਿਣਤੀ ਚ ਨੇ, ਜਿਨ੍ਹਾਂ ਦੀ ਰੋਟੀ ਰੋਜੀ ਇਸੇ ਨਾਲ ਬਚੀ ਸੀ। ਉਨ੍ਹਾਂ ਸਾਰਿਆਂ ਨੂੰ ਹੁਣ ਚਿੰਤਾ ਪੈ ਗਈ ਹੈ ਕਿ ਅਸੀਂ ਰੋਟੀ ਕਿੱਥੋਂ ਖਾਵਾਂਗੇ, ਜਦ ਐਪ ਬੰਦ ਹੋ ਗਈ ਤੇ ਕੰਪਨੀ ਸਾਨੂੰ ਵੀ ਕੱਢ ਦੇਗੀ। ਕੰਪਨੀ ਦਾ ਜਿਹੜਾ ਇੰਡੀਆ ਹੈੱਡ ਹੈ ਉਹਨੇ ਵਰਚੁਅਲ ਮੀਟਿੰਗ ਕਰਾ ਕੇ ਵੀਡੀਓ ਕਾਨਫਰੰਸ ਨੇ ਉਨ੍ਹਾਂ ਸਾਰਿਆਂ ਨੂੰ ਆਖਿਆ ਕਿ ਨਹੀਂ, ਕੰਪਨੀ ਤੁਹਾਡੀਆਂ ਸਾਰੀਆਂ ਜਿੰਮੇਵਾਰੀਆਂ ਲਊਗੀ, ਅਜੇ ਤੁਹਾਨੂੰ ਅਸੀਂ ਛੱਡਦੇ ਨਹੀਂ, ਜੋ ਵੀ ਭਾਰਤ ਸਰਕਾਰ ਦਾ ਫੈਸਲਾ ਉਹ ਆਪਣੀ ਥਾਂ, ਪਰ ਕੰਪਨੀ ਤੁਹਾਡੇ ਹਿੱਤਾਂ ਦਾ ਖਿਆਲ ਰੱਖੇਗੀ ਕਿਉਂਕਿ ਤੁਸੀਂ ਸਾਡੇ ਨਾਲ ਬੱਝੇ। ਦੂਸਰਾ ਪੱਖ ਇਹਦਾ ਇਹ ਹੈ ਕਿ ਇੰਨੀਆਂ ਪਾਬੰਦੀਆਂ ਦੇ ਬਾਅਦ ਵੀ ਚੀਨ ਦੀਆਂ ਇਹ ਜਿੰਨੀਆਂ ਐਪਸ ਨੇ, ਇਨ੍ਹਾਂ ਦਾ ਸਾਰਾ ਕਾਰੋਬਾਰ ਹੈ, ਇਨ੍ਹਾਂ ਦੇ ਮੋਬਾਈਲ ਸੈੱਟ ਨੇ, ਉਨ੍ਹਾਂ ਦੀਆਂ ਐਡ ਤਾਂ ਅਜੇ ਵੀ ਛਪੀ ਜਾਂਦੀਆਂ ਨੇ, ਭਾਰਤ ਸਰਕਾਰ ਅਜੇ ਤੱਕ ਰੋਕ ਨਹੀਂ ਸਕੀ। ਮੈਂ ਕੋਈ ਸਾਈਟ ਖੋਲਦਾ, ਉਨ੍ਹਾਂ ਦੀਆਂ ਜਿਹੜੀਆਂ ਐਪਸ ਨੇ ਉਨ੍ਹਾਂ ਦੀ ਐਡ ਲੱਗੀ ਹੁੰਦੀ ਹੈ, ਤੇ ਅਸੀਂ ਵੇਖਦੇ ਹਾਂ ਕਿ ਸਰਕਾਰ ਫਿਰ ਪਾਬੰਦੀਆਂ ਕਾਹਦੀਆਂ ਲਾ ਰਹੀ ਹੈ, ਉਹ ਐਡ ਜ਼ਰੀਏ ਚਲੀ ਜਾ ਰਹੀਆਂ ਨੇ। ਤੇ ਇਹ ਵੀ ਹੈ ਕਿ ਪਹਿਲਾਂ ਤੇ ਕਦੇ ਨਹੀਂ ਸੀ, ਜਦੋਂ ਨਰਿੰਦਰ ਮੋਦੀ ਆਇਆ ਤੇ ਇਹਨੇ ਆਖਿਆ ਮੈਂ ਚੀਨ ਨੂੰ ਸਬਕ ਸਿਖਾ ਦੂ, ਤੇ ਮੁੜ ਕੇ ਚੀਨ ਦੇ ਰਾਸ਼ਟਰਪਤੀ ਨਾਲ ਪੀਂਘ ਝੁੱਟਣੀ ਸ਼ੁਰੂ ਕਰਤੀ, ਕਦੇ ਉਹਦਾ ਪਿੰਡ ਵੇਖਣ ਚਲੇ ਗਿਆ, ਕਦੇ ਉਹਨੂੰ ਆਪਣਾ ਪਿੰਡ ਵਿਖਾਉਣ ਲੈ ਗਿਆ। ਉਸ ਮੌਕੇ ਦੇ ਉੱਤੇ ਇਹ ਸਾਂਝ ਦੇ ਦੌਰਾਨ ਇਨ੍ਹਾਂ ਨੇ ਭਾਰਤ ਵਿਚ ਉਨ੍ਹਾਂ ਦੇ 7 ਪਲਾਂਟ ਲਵਾਏ ਆ। ਹੁਣ ਮੈਨੂੰ ਪਤਾ ਨੀ ਕਿ 7 ਇਹਦੇ ਨਰਿੰਦਰ ਮੋਦੀ ਦੇ ਰਾਜ ਚ ਲੱਗੇ, 5 ਦਾ ਤੇ ਪਤਾ ਲੱਗਦਾ ਕਿ ਇਹਦੇ ਰਾਜ ਚ ਲੱਗੇ ਨੇ। ਹੁਣ 5 ਪਲਾਂਟ ਜਿਹੜੇ ਲੱਗੇ ਉਨ੍ਹਾਂ ਪਲਾਂਟ ਦੇ ਵਿਚ ਭਾਰਤੀ ਮੁੰਡੇ ਕੁੜੀਆਂ ਕੰਮ ਕਰਦੇ ਨੇ, ਔਰ ਉਥੇ ਹਜ਼ਾਰਾਂ ਦੀ ਗਿਣਤੀ ਚ ਕੰਮ ਕਰ ਰਹੇ, ਉਨ੍ਹਾਂ ਸਾਰਿਆਂ ਦਾ ਕੀ ਬਣੇਗਾ? ਇਹਦੇ ਬਾਰੇ ਕਿਸੇ ਨੇ ਕੋਈ ਨੀ ਸੋਚਿਆ। ਉਦੋਂ ਨਾ ਲਵਾਏ ਹੁੰਦੇ ਉਦੋਂ ਕਿਸੇ ਭਾਰਤੀ ਕੰਪਨੀ ਦੇ ਲਵਾ ਦਿੰਦੇ। ਆ ਸਾਈਕਲਾਂ ਦੇ ਮਾਮਲੇ ਚ ਇਹ ਫੈਸਲਾ ਹੋ ਗਿਆ ਕਿ ਚੀਨ ਦੀ ਭਾਈਵਾਲੀ ਕੋਈ ਨੀ ਕਰਨੀ। ਸਾਨੂੰ ਉਦੋਂ ਪਤਾ ਲੱਗਾ ਕਿ ਜਿਹੜਾ ਭਾਰਤ ਦਾ ਸਭ ਤੋਂ ਪ੍ਰਸਿੱਧ ਸਾਈਕਲ ਹੀਰੋ ਹੈ, ਇਹਦੀ ਕੰਪਨੀ ਚ ਵੀ ਚੀਨ ਦੀ ਭਾਈਵਾਲੀ ਸੀ, ਤੇ ਹੁਣ ਕੱਲ ਹੀਰੋ ਵਾਲਿਆਂ ਨੇ ਚੀਨੀ ਕੰਪਨੀ ਨੂੰ ਕਹਿ ਦਿੱਤਾ ਕਿ ਤੁਹਾਡੀ ਸਾਡੀ ਕੱਟੀ ਵੀ, ਸਾਡੀ ਭਾਰਤ ਸਰਕਾਰ ਨੀ ਮੰਨਦੀ ਤੁਹਾਡੇ ਨਾਲ ਸੰਬੰਧ ਰੱਖਣ ਨੂੰ, ਜੇ ਨਹੀਂ ਮੰਨਦੀ ਤੇ ਪਹਿਲਾਂ ਇੰਨੀਆਂ ਸਾਂਝੇ ਇੰਨੇ ਜੁੱਟੇ ਕਾਹਨੂੰ ਪਾਉਣੇ ਸੀ? ਇਹਦੇ ਨਾਲ ਇਕ ਗੱਲ ਤੇ ਆਉਂਦੀ ਹੈ ਕਿ ਜਿਹੜਾ ਚੀਨ ਦਾ ਸਾਈਕਲ ਆਉਣੇ ਬੰਦ ਹੋ ਜਾਣਗੇ
ਤੇ ਭਾਰਤ ਦੀਆਂ ਤਿੰਨ ਵੱਡੀਆਂ ਕੰਪਨੀਆਂ ਨੇ ਹੀਰੋ, ਏਵਨ, ਐਟਲਸ, ਉਹਨਾਂ ਦੇ ਸਾਈਕਲ ਚੋਖੇ ਵਿਕਣਗੇ। ਪਰ ਦੂਸਰੀ ਗੱਲ ਇਹ ਵੀ ਆਉਂਦੀ ਹੈ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਰੁਜ਼ਗਾਰ ਚੀਨ ਦੇ ਕੰਮਾਂ ਨਾਲ ਬੱਝੇ ਹੋਏ ਸਨ, ਉਹ ਵਿਚਾਰੇ ਭੁੱਖੇ ਵੀ ਮਰਨਗੇ। ਇਹ ਦੋਵੇਂ ਪੱਖ ਹੈ ਜਿਨ੍ਹਾਂ ਨੂੰ ਧਿਆਨ ਚ ਰੱਖ ਕੇ ਚੱਲਣਾ ਚਾਹੀਦਾ। ਬਾਕੀ ਦੁਨੀਆਂ ਦੇ ਵਿਚੋਂ ਜਿੱਦਾਂ ਚੀਨ ਸਮਝਦਾ ਸੀ, ਉਹਨੇ ਆਖਿਆ ਵੀ ਇਹ ਸੀਗਾ ਕਿ ਇੰਟਰਨੈਸ਼ਨਲ ਲੈਵਲ ਤੇ ਕੁਝ ਸਮਝੌਤੇ ਹੋਇਆ। ਭਾਰਤ ਇਸ ਤਰ੍ਹਾਂ ਸਾਡੀਆਂ ਐਪਸ ਬੰਦ ਨਹੀਂ ਕਰ ਸਕਦਾ, ਜੇ ਕਰੇਗਾ ਤੇ ਅਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਕੋਲ ਵੀ ਜਾਵਾਂਗੇ, ਅਸੀਂ ਉਹਨਾਂ ਫੋਰਮਾਂ ਚ ਜਾਵਾਂਗੇ। ਪਰ ਜਾਵੇਗਾ ਤੇ ਉੱਥੇ ਸਿੱਟਾ ਕੀ ਨਿਕਲੇਗਾ? ਇਹੋ ਜਿਹੀਆਂ ਗੱਲਾਂ ਦੇ ਉੱਤੇ ਫਿਰ ਇਹ ਵੇਖਿਆ ਜਾਂਦਾ ਕਿ ਬਾਕੀ ਦੁਨੀਆਂ ਕੀ ਕਹਿੰਦੀ ਹੈ। ਅਮਰੀਕਾ ਨੇ ਆਖਿਆ ਜੀ ਭਾਰਤ ਨੇ ਠੀਕ ਕੀਤਾ, ਆਸਟ੍ਰੇਲੀਆ ਨੇ ਆਖਿਆ ਠੀਕ ਕੀਤਾ, ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੇ ਆਖਿਆ ਜੀ ਭਾਰਤ ਨੇ ਠੀਕ ਕੀਤਾ, ਆਪਣੀ ਸਿਕਿਉਰਿਟੀ ਵਾਸਤੇ ਜਿਹਨੇ ਕੋਈ ਫੈਸਲਾ ਕੀਤਾ ਤੇ ਕਰਨ ਦਾ ਉਹਨੂੰ ਹੱਕ ਹੈ। ਜਦੋਂ ਦੁਨੀਆਂ ਦੇ ਦੇਸ਼ ਕਹਿੰਦੇ ਭਾਰਤ ਨੂੰ ਇਹ ਕਰਨ ਦਾ ਹੱਕ ਹੈ ਤੇ ਚੀਨ ਰੌਲਾ ਪਾਵੇਗਾ ਵੀ ਤੇ ਕੀ ਫਰਕ ਪਵੇਗਾ? ਪਰ ਇਹ ਰੌਲਾ ਕਿੰਨੀ ਦੇਰ ਦਾ ਕਿਸੇ ਨੂੰ ਪਤਾ ਨਹੀਂ। ਕੱਲ ਨੂੰ ਹਾਲਾਤ ਸੁਧਰ ਵੀ ਸਕਦੇ ਆ। ਲਗਾਤਾਰ ਕਿਸੇ ਦੇਸ਼ ਨਾਲ ਸਾਡੇ ਸਬੰਧ ਵਿਗੜੇ ਨਹੀਂ ਰਹਿੰਦੇ ਤੇ ਲਗਾਤਾਰ ਕਿਸੇ ਦੇਸ਼ ਨਾਲ ਸਾਫ਼ ਨਹੀਂ ਰਹਿੰਦੇ। ਕੜਤਨਾ ਤਾਂ ਕਦੇ ਕਿਤੇ ਆਉਂਦੀਆਂ ਰਹਿੰਦੀਆਂ ਨੇ, ਸਾਡੀਆਂ ਵੀ ਆਉਂਦੀਆਂ ਨੇ, ਚੀਨ ਦੀਆਂ ਵੀ ਨੇ। ਚੀਨ ਦਾ ਰੌਲਾ ਤੇ ਹੁਣ ਰੂਸ ਨਾਲ ਵੀ ਪਿਆ ਫਿਰਦਾ। ਇਨ੍ਹਾਂ ਦੀ ਚੀਨ ਦੀ ਹੱਦ ਤੋਂ 100 ਕਿਲੋਮੀਟਰ ਤੋਂ ਵੱਧ ਦੂਰ ਆ ਵਲਾਦੀਵੋਸਤਕ, ਬੜੀ ਵੱਡੀ ਬੰਦਰਗਾਹ, ਤੇ ਇਨ੍ਹਾਂ ਨੇ ਕਲੇਮ ਕਰਤਾ ਕਿ ਉਹ ਵਲਾਦੀਵੋਸਤਕ ਵੀ ਸਾਡਾ ਤੇ ਰੂਸ ਵਾਲੇ ਵਲਾਦੀਵੋਸਤਕ ਕਦੇ ਛੱਡ ਹੀ ਨਹੀਂ ਸਕਦੇ ਕਿਉਂਕਿ ਉਹ ਰਣਨੀਤਿਕ ਪੱਖ ਤੋਂ ਉਨ੍ਹਾਂ ਦੀ ਬੜੀ ਸੈਂਸਿਟਿਵ ਬੰਦਰਗਾਹ। ਇਹ ਕਹਿੰਦੇ ਜੀ 1834 ਚ, ਯਾਨੀ ਕਿ ਅੱਜ ਤੋਂ ਤੁਸੀਂ ਸਮਝ ਲੋ 186 ਸਾਲ ਪਹਿਲਾਂ ਚੀਨ ਦਾ ਹੁੰਦਾ ਸੀ। ਉਦੋਂ ਹੋਣ ਵਾਲੇ ਜਿਹੜੇ ਹਾਕਮ ਅਜੇ ਜੰਮੇ ਨਹੀਂ ਸੀ, ਉਦੋਂ ਇਹ ਹੁੰਦਾ ਸੀ ਕਿ ਜਿਹਦੇ ਜਿਹਦੇ ਕੋਲ ਕੋਈ ਇਲਾਕਾ ਚਲਾ ਗਿਆ ਉਦੋਂ ਉਸੇ ਦਾ ਬਣ ਗਿਆ। ਉਸ ਹਿਸਾਬ ਨਾਲ ਲਦਾਖ ਵੀ ਤਾਂ ਉਦੋਂ ਕਿ ਸਾਡੇ ਲਾਹੌਰ ਦੇ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਦਾ ਸੀ, ਇਥੋਂ ਸਿੱਖ ਜਰਨੈਲ ਸਰਦਾਰ ਜੋਰਾਵਰ ਸਿੰਘ ਦੀ ਅਗਵਾਈ ਚ ਕਬਜ਼ੇ ਚ ਕੀਤਾ ਗਿਆ ਸੀ, ਉਹ ਵੀ ਭਾਰਤ ਕੋਲ ਹੈ। ਤੇ ਹੁਣ ਜੇ ਕੋਈ ਆਖੇ 200 ਸਾਲਾਂ ਬਾਅਦ ਕਿ ਲਦਾਖ ਛੱਡ ਦੇ, ਭਾਰਤ ਛੱਡ ਸਕਦਾ? ਇਸ ਤਰ੍ਹਾਂ ਭਾਰਤ ਦੇ ਕੁਝ ਇਲਾਕੇ ਵੀ ਬਾਹਰ ਨੇ। ਸਾਰਿਆਂ ਥਾਵਾਂ ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਪਰ ਇਨ੍ਹਾਂ ਸਾਰੀਆਂ ਗੱਲਾਂ ਛੱਡ ਕੇ ਆ ਜਿਹੜੇ ਕਦਮ ਇਸ ਤਰ੍ਹਾਂ ਚੁੱਕਣੇ ਆ ਕਿ ਕੋਈ ਐਪ ਰੱਖਣੀ ਆ ਕਿ ਬੰਦ ਕਰਨੀ ਆ, ਇਨ੍ਹਾਂ ਚ ਵਾਹਵਾ ਸੰਭਲ ਕੇ ਚੱਲਣ ਦੀ ਲੋੜ ਹੈ। ਸਰਕਾਰ ਨੇ ਜੋ ਕੀਤਾ ਲੋਕ ਉਹਦਾ ਸਾਥ ਦੇਣਗੇ, ਪਰ ਜੋ ਲੋਕਾਂ ਨੂੰ ਭੁਗਤਣਾ ਪਿਆ ਉਹਦੇ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ, ਖਾਸ ਤੌਰ ਤੇ ਜਿਨ੍ਹਾਂ ਦੇ ਰੁਜ਼ਗਾਰ ਖੁੱਸ ਗਏ ਉਹਦੇ ਬਾਰੇ ਸੋਚਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਜੀ ਕਿ ਜਿਹਦੇ ਰੁਜ਼ਗਾਰ ਖੁੱਸ ਗਏ ਉਨ੍ਹਾਂ ਦੇ ਬਾਰੇ ਸੋਚਣਾ ਚਾਹੀਦਾ। ਤੇਪਨ ਸਾਹਿਬ, ਰੁਜ਼ਗਾਰ ਤੋਂ ਗਾਹਾਂ ਗੱਲ ਕਰੀਏ ਜੀ, ਜਦੋਂ ਅਸੀਂ ਭਾਰਤ ਦੇ ਵੱਲ ਮੁੜਦੇ ਹਾਂ ਤਾਂ ਕੋਰੋਨਾ ਵੈਸੇ ਤਾਂ ਪੂਰੀ ਦੁਨੀਆਂ ਚ ਹੈ, ਹੁਣ 6.25 ਲੱਖ ਤੋਂ ਸਾਡੇ ਦੇਸ਼ ਦੇ ਮਰੀਜ਼ ਵੀ ਟੱਪ ਗਏ ਨੇ ਤੇ ਦਿੱਲੀ ਦੇ ਵਿਚ ਪਲਾਜ਼ਮਾ ਬੈਂਕ ਵੀ ਬਣ ਗਏ। ਤੁਹਾਡੀ ਗੱਲ ਠੀਕ ਹੈ, ਸਾਰੀ ਦੁਨੀਆਂ ਦੇ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਨੇ, ਹੁਣ ਤੱਕ 1,10,00,000 ਤੋਂ ਵੱਧ ਗਏ ਨੇ, ਮੌਤਾਂ ਦੀ ਗਿਣਤੀ ਵੀ 5.25 ਲੱਖ ਤੋਂ ਵੱਧ ਗਈ ਹੈ। ਇੰਨੇ ਜ਼ਿਆਦਾ ਜਦੋਂ ਕੇਸ ਹੋ ਗਏ ਨੇ, ਭਾਰਤ ਵਿਚ ਵੀ ਉਸੇ ਹਿਸਾਬ ਨਾਲ ਵੱਧ ਰਹੇ ਨੇ। ਭਾਰਤ ਕੇਸਾਂ ਦੇ ਪੱਖ ਤੋਂ ਦੁਨੀਆਂ ਦੇ ਵਿਚ ਇਸ ਵੇਲੇ ਚੌਥੇ ਨੰਬਰ ਤੇ ਆ, ਕਿਉਂਕਿ ਇਹਦੇ ਕੋਲ 6,33,000 ਕੇਸ ਨੇ। ਪਰ ਜਿਹੜੇ ਢੰਗ ਨਾਲ ਵੱਧ ਰਹੇ ਇੱਕ ਦਿਨ ਚ 10-10, 12-12 ਹਜ਼ਾਰ, ਮੈਨੂੰ ਲੱਗਦਾ 2 ਦਿਨ ਹੋਰ ਅਸੀਂ 3 ਨੰਬਰ ਤੇ ਆ ਜਾਣਾ, ਰਸ਼ੀਆ ਨੂੰ ਪਛਾੜ ਦਿਆਂਗੇ, ਕਿਉਂਕਿ ਰੂਸ ਦੇ ਵਿਚ ਹੁਣ ਤੱਕ 6,67,000 ਨੇ, ਭਾਰਤ ਵਿਚ 6,33,000 ਨੇ, ਤੇ ਅਗਲੇ 2-3 ਦਿਨਾਂ ਚ ਅਸੀਂ ਰੂਸ ਤੋਂ ਅੱਗੇ ਲੰਘ ਸਕਦੇ ਹਾਂ, ਸਾਡੇ ਕੋਲ ਕੇਸ ਵੱਧ ਸਕਦੇ ਆ। ਮੌਤਾਂ ਦੇ ਪੱਖ ਤੋਂ ਅਜੇ ਤੱਕ ਭਾਰਤ 8ਵੇਂ ਨੰਬਰ ਤੇ ਆ, ਤੇ ਇਹ 8ਵਾਂ ਨੰਬਰ ਕਦੋਂ ਤੱਕ ਬਰਕਰਾਰ ਰਹੇਗਾ? ਜੇ ਮੌਤਾਂ ਵੱਧ ਗਈਆਂ ਤੇ ਅਸੀਂ ਉੱਪਰ ਵੀ ਜਾ ਸਕਦੇ ਹਾਂ, ਇਹਦੇ ਤੋਂ ਬਚਣ ਦੀ ਲੋੜ ਹੈ। ਭਾਰਤ ਵਿਚ ਅਜੇ ਤੱਕ ਮੌਤਾਂ ਨਹੀਂ ਕੰਟਰੋਲ ਹੋ ਰਹੀਆਂ, ਹੁਣ ਲਗਾਤਾਰ ਵੱਧਦੀਆਂ ਮੌਤਾਂ ਚ ਇਸ ਵੇਲੇ ਤੱਕ 18,320 ਮੌਤਾਂ ਹੋ ਚੁੱਕੀਆਂ ਨੇ। ਇੰਨੀਆਂ ਮੌਤਾਂ ਦੇ ਬਾਅਦ ਵੀ ਸਰਕਾਰ ਆਖੀ ਜਾਂਦੀ ਹੈ ਕਿ ਸਥਿਤੀ ਸਾਡੇ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ, ਪਤਾ ਨਹੀਂ ਕਿਸ ਤਰ੍ਹਾਂ ਦੀ ਕੰਟਰੋਲ ਵਿਚ ਹੈ। ਅਜੇ ਤੱਕ ਤੇ ਅਸੀਂ ਇਹੋ ਵੇਖ ਰਹੇ ਹਾਂ ਕਿ ਕੱਲੀ ਦਿੱਲੀ ਦੇ ਵਿਚ ਹੀ 2864 ਕੇਸ ਮੌਤਾਂ ਹੋ ਚੁੱਕੀਆਂ ਨੇ, ਮਹਾਰਾਸ਼ਟਰ ਦੇ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾਂਦੀ ਹੈ ਤੇ ਅੱਜ ਵੱਧਦੀ 8,000 ਤੋਂ ਉਪਰ 8,82 ਹੋ ਗਈ, 8,178 ਨੇ, 8,82 ਤੋਂ ਵੀ 3 ਵੱਧ ਨੇ, ਇੰਨੀਆਂ ਮੌਤਾਂ ਹੋ ਗਈਆਂ ਨੇ। ਤਾਮਿਲਨਾਡੂ ਪਹਿਲਾਂ ਠੰਡਾ ਸੀ, ਉਥੇ ਇੰਨੀ ਤੇਜ਼ੀ ਨਾਲ ਮੌਤਾਂ ਵਧੀਆਂ ਨੇ ਕਿ ਹੁਣ ਤੱਕ 1,321 ਹੋ ਗਈਆਂ, ਔਰ ਉਹ ਜਿਸ ਤਰ੍ਹਾਂ ਤੇਜ਼ੀ ਨਾਲ ਵੱਧਦਾ ਜਾਂਦਾ ਤੇ ਹੋ ਸਕਦਾ ਦਿੱਲੀ ਵਾਲੀ ਸਥਿਤੀ ਉਥੇ ਵੀ ਬਣ ਜਾਂਦੀ ਹੋਵੇ। ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਚ ਵੀ ਲਗਾਤਾਰ ਵੱਧ ਰਹੀਆਂ ਨੇ, ਇੱਦਾਂ ਵੱਧਦੀਆਂ ਮੌਤਾਂ ਜਿਵੇਂ ਜਾ ਰਹੀਆਂ। ਸਾਡੇ ਪੰਜਾਬ ਦੇ ਵਿਚ ਵੀ ਪਹਿਲਾਂ ਬਹੁਤ ਸਲੋ ਸੀ, ਹੁਣ ਮੌਤਾਂ ਦੀ ਗਿਣਤੀ ਪਿਛਲੇ ਦਿਨਾਂ ਚ ਰੋਜ਼ 4-5 ਹੁੰਦਿਆਂ
ਇਸ ਵੇਲੇ ਤੱਕ 152 ਹੋ ਚੁੱਕੀ ਆ। ਇੰਨੀਆਂ ਮੌਤਾਂ ਜਦੋਂ ਹੋ ਗਈਆਂ ਨੇ ਤੇ ਚਿੰਤਾ ਤੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਪੰਜਾਬ ਦੇ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ। ਇਹਦੇ ਚ ਬਹੁਤਾ ਕੁਛ ਜਿਹੜਾ ਉਹ ਸਰਕਾਰੀ ਅਮਲੇ ਫੈਲੇ ਦੇ ਉੱਤੇ ਛੱਡਿਆ ਜਾਂਦਾ, ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਸਾਡੇ ਲੋਕ ਵੀ ਪਹਿਲਾਂ ਲੋਕਾਂ ਵਿਚ ਬਹੁਤ ਦਹਿਸ਼ਤ, ਪਤਾ ਨੀ ਹਵਾ ਚੁੱਟ ਕੇ ਸਾਡੇ ਘਰ ਵਿਚ ਹੀ ਕੀਟਾਣੂ ਆ ਜਾਣੇ, ਵਾਇਰਸ ਆ ਜਾਣਾ ਤੇ ਇਹਨੇ ਸਾਨੂੰ ਛੱਡਣਾ ਨੀ। ਹੁਣ ਲੋਕਾਂ ਦੇ ਮਨਾਂ ਚ ਉਹਦੀ ਦਹਿਸ਼ਤ ਨਿਕਲਦੀ ਜਾਂਦੀ ਆ, ਡਰ ਨਿਕਲਦਾ ਜਾਂਦਾ। ਜਿੱਥੇ ਸਰਕਾਰ ਕਹਿੰਦੀ ਆ ਮਾੜਾ ਮੋਟਾ ਜਾਓ, ਉੱਥੇ ਖੁੱਲਾ ਆਉਣ ਜਾਣ ਲੱਗ ਪੈਂਦੇ ਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਉੱਥੇ ਪਟਨੇ ਦੇ ਵਿਚ ਇਕ ਮੁੰਡੇ ਦਾ ਵਿਆਹ ਹੋਇਆ ਤੇ ਵਿਆਹ ਤੋਂ 15ਵੇਂ ਦਿਨ ਉਹਦੀ ਮੌਤ ਹੋ ਗਈ। ਬਾਅਦ ਵਿਚ ਪਤਾ ਲੱਗਾ ਕਿ ਵਿਆਹ ਤੋਂ ਪਹਿਲਾਂ ਉਹਨੇ ਟੈਸਟ ਕਰਾਇਆ ਸੀ, ਉਹ ਟੈਸਟ ਵਿਚ ਕੋਰੋਨਾ ਵਾਇਰਸ ਪਾਜ਼ਿਟਿਵ ਆ ਚੁੱਕਾ ਸੀ, ਉਹਨੇ ਦੇ ਬਾਵਜੂਦ ਵਿਆਹ ਕਰਾ ਲਿਆ। ਜਿਹੜੀ ਕੁੜੀ ਆ ਉਹਦੀ ਬਦਕਿਸਮਤੀ ਵੇਖੋ ਕਿ ਇਕ ਤਾਂ ਵਿਆਹ ਤੋਂ 15 ਦਿਨਾਂ ਦੇ ਅੰਦਰ ਅੰਦਰ ਉਹ ਵਿਧਵਾ ਹੋ ਗਈ, ਦੂਜਾ ਉਹ ਮੁੰਡਾ ਉਹਨੂੰ ਕੋਰੋਨਾ ਵਾਇਰਸ ਦੇ ਗਿਆ। ਤੀਜੀ ਗੱਲ ਇਹ ਕਿ ਉਸੇ ਵਿਆਹ ਦੇ ਵਿਚ 95 ਲੋਕ ਜਿਹੜੇ ਆ ਕੋਰੋਨਾ ਵਾਇਰਸ ਪਾਜ਼ਿਟਿਵ ਹੋਏ। ਸਰਕਾਰ ਤਾਂ ਕਹਿੰਦੀ ਆ ਵਿਆਹ ਦੇ ਵਿਚ 50 ਤੋਂ ਵੱਧ ਲੋਕ ਨਹੀਂ ਜਾਣੇ ਚਾਹੀਦੇ, 25 ਇਕ ਪਾਸੇ ਦੇ 25 ਇਕ ਪਾਸੇ ਦੇ, ਤੇ ਜੇ 95 ਉੱਥੇ ਜਾ ਕੇ ਕੋਰੋਨਾ ਪਾਜ਼ਿਟਿਵ ਨਿਕਲਾਏ ਨੇ ਤੇ ਇਹਦਾ ਮਤਲਬ ਕਿ ਉੱਥੇ 200-300 ਲੋਕ ਤਾਂ ਗਏ ਹੀ ਹੋਣਗੇ। ਇੰਨੇ ਲੋਕ ਕਿੱਦਾਂ ਚਲੇ ਗਏ? ਇੱਥੇ ਰਾਜਸਥਾਨ ਦੀ ਖ਼ਬਰ ਹੈ, ਭੀਲਵਾੜਾ ਜ਼ਿਲ੍ਹਾ, ਪਹਿਲਾਂ ਉੱਥੇ ਮੌਤਾਂ ਹੋਣ ਲੱਗੀਆਂ ਸੀ ਤੇ ਉੱਥੇ ਡਿਪਟੀ ਕਮਿਸ਼ਨਰ ਨੇ ਬੜੀ ਹਿੰਮਤ ਕਰਕੇ ਕੰਟਰੋਲ ਕੀਤਾ ਤੇ ਸਾਰੇ ਦੇਸ਼ ਵਿਚ ਮਿਸਾਲ ਦਿੱਤੀ ਜਾਂਦੀ ਸੀ, ਭੀਲਵਾੜਾ ਮਾਡਲ ਕਿਹਾ ਜਾਂਦਾ ਸੀ। ਉੱਥੇ ਹੁਣ ਇਕ ਘਟਨਾ ਵਾਪਰ ਗਈ ਹੈ, 15 ਜਾਣੇ ਕੋਰੋਨਾ ਪਾਜ਼ਿਟਿਵ ਨਿਕਲੇ, ਉਨ੍ਹਾਂ ਚ 2-3 ਸੀਰੀਅਸ ਸਨ। ਸਰਕਾਰ ਨੇ ਸਾਰਿਆਂ ਦਾ ਪਤਾ ਕੀਤਾ ਕਿ ਗਏ ਕਿੱਥੇ, ਪਤਾ ਲੱਗਾ ਕਿ ਇਕ ਬੜਾ ਖੁੱਲਾ ਵਿਆਹ ਹੋਇਆ ਜਿਹਦੇ ਚ ਵੀ ਗਏ ਸੀ। ਉਸ ਵਿਆਹ ਦੇ ਵਿਚ ਗਏ ਲੋਕਾਂ ਚੋਂ 15 ਜਾਣੇ ਕੋਰੋਨਾ ਵਾਇਰਸ ਪਾਜ਼ਿਟਿਵ ਹੋ ਗਏ। ਜਦੋਂ ਪੜਤਾਲ ਕਰਾਈ ਕਿ ਵਿਆਹ ਚ ਕਿੰਨੇ ਕੁ ਬੰਦੇ ਸੀ, ਕਹਿੰਦੇ ਜੀ 100-150, ਸਰਕਾਰ ਨੇ ਆਖਿਆ ਪਰਮਿਟ ਤਾਂ 50 ਦਾ ਸੀ, ਇੰਨੇ ਕਿਉਂ ਹੋਏ? ਉਸ ਪਰਿਵਾਰ ਦੇ ਉੱਤੇ 6.25 ਲੱਖ ਰੁਪਇਆ ਜੁਰਮਾਨਾ ਲਾਇਆ ਗਿਆ। ਔਰ ਰਾਜਸਥਾਨ ਦੀ ਸਰਕਾਰ ਨੇ ਇਹ ਵੀ ਨਾਲ ਕਹਿਤਾ ਕਿ ਜਿੰਨੇ ਲੋਕ ਬਿਮਾਰ ਹੋਏ ਨੇ ਇਨ੍ਹਾਂ ਸਾਰਿਆਂ ਦੇ ਇਲਾਜ ਦਾ ਖਰਚਾ ਇਹ ਪਰਿਵਾਰ ਕੱਲਾ ਦੇਊਗਾ। ਇਹ ਤੋਂ ਤੀਸਰਾ ਪੱਖ ਇਹ ਹੈ ਕਿ ਦਿੱਲੀ ਦੇ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪਲਾਜ਼ਮਾ ਬੈਂਕ ਕਾਇਮ ਕੀਤਾ। ਪਲਾਜ਼ਮਾ ਥੈਰੇਪੀ ਜਿੱਥੇ ਜਿੱਥੇ ਵੀ ਵਰਤੀ ਪਈ ਕਾਮਯਾਬ ਹੋਈ। ਸਾਡੇ ਪੰਜਾਬ ਵਿਚ ਵੀ 2 ਥਾਵਾਂ ਤੇ ਕਾਮਯਾਬ ਹੋਈ ਆ, ਚੰਡੀਗੜ੍ਹ ਵਿਚ ਤੇ ਫਰੀਦਕੋਟ ਦੇ ਵਿਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਸ ਦੇ ਨਾਲ ਜਿਹੜਾ ਹਸਪਤਾਲ ਜੁੜਿਆ ਉਥੇ ਵੀ ਇਕ ਮਰੀਜ਼ ਦੇ ਉੱਤੇ ਪਲਾਜ਼ਮਾ ਥੈਰੇਪੀ ਅਜਮਾਈ ਗਈ ਤੇ ਉਹ ਕਾਮਯਾਬ ਰਹੀ ਹੈ। ਉਹਦਾ ਸਿੱਟਾ ਇਹ ਨਿਕਲਿਆ ਕਿ ਹੁਣ ਦਿੱਲੀ ਦੀ ਸਰਕਾਰ ਨੇ ਇਹਦੇ ਵਾਸਤੇ ਬਕਾਇਦਾ ਇਕ ਪਲਾਜ਼ਮਾ ਬੈਂਕ ਬਣਾ ਤਾ ਔਰ ਇਹ ਆਖਿਆ ਕਿ ਜਿਹੜੇ ਲੋਕ ਪਹਿਲਾਂ ਬਿਮਾਰ ਸਨ ਤੇ ਹੁਣ ਉਹ ਠੀਕ ਹੋ ਚੁੱਕੇ ਆ ਤੇ ਉਨ੍ਹਾਂ ਦਾ ਪਲਾਜ਼ਮਾ ਦੂਸਰਿਆਂ ਨੂੰ ਠੀਕ ਕਰਨ ਵਿਚ ਮਦਦਗਾਰ ਹੋ ਸਕਦਾ ਜੇ ਉਹ ਲੋਕ ਆਪਣਾ ਪਲਾਜ਼ਮਾ ਡੋਨੇਟ ਕਰਨ। ਔਰ ਲੋਕੀ ਕਰ ਵੀ ਰਹੇ ਨੇ, ਉਨ੍ਹਾਂ ਆਖਿਆ ਜੇ ਉਹ ਆਪਣਾ ਪਲਾਜ਼ਮਾ ਡੋਨੇਟ ਕਰਨਗੇ ਤੇ ਉਨ੍ਹਾਂ ਨੂੰ ਘਰਾਂ ਤੋਂ ਲਿਆਉਣ ਤੇ ਛੱਡਣ ਤੇ ਹਰ ਕਿਸਮ ਦੀ ਜਿੰਮੇਵਾਰੀ ਜਿਹੜੀ ਆ ਉਹ ਦਿੱਲੀ ਦੀ ਸਰਕਾਰ ਨਿਭਾਵੇਗੀ। ਇਹ ਜੇ ਉਥੇ ਤਜਰਬਾ ਸ਼ੁਰੂ ਕੀਤਾ ਗਿਆ ਤੇ ਬਾਕੀ ਰਾਜਾਂ ਚ ਵੀ ਕਰਨਾ ਚਾਹੀਦਾ, ਲੋੜ ਪਵੇ ਪੰਜਾਬ ਚ ਵੀ ਕਰਨਾ ਚਾਹੀਦਾ। ਅਜੇ ਹਾਲਾਤ ਜਿਹੜੇ ਨੇ ਇੱਥੇ ਕਹੇ ਆ ਕਿ ਦੂਸਰਾ ਫੇਜ਼ ਸ਼ੁਰੂ ਹੋਇਆ, ਸੁਣੀ ਦਾ ਦੂਸਰਾ ਫੇਜ਼ ਸ਼ੁਰੂ ਹੁੰਦੇ ਸਾਰ ਕੇਸ ਵੀ ਵਧਣ ਲੱਗ ਪਏ ਅਤੇ ਮੌਤਾਂ ਵੀ ਵਧਣ ਲੱਗ ਪਈਆਂ। ਅਸੀਂ ਸੁੱਖ ਮੰਗਾਂਗੇ ਪੰਜਾਬ ਚ ਇਹ ਕੜੀ ਨਾ ਆਵੇ, ਪਰ ਸੁੱਖ ਮੰਗਣ ਨਾਲ ਤਾਂ ਇਕੱਲਾ ਠੀਕ ਨਹੀਂ ਹੋ ਜਾਂਦਾ, ਇਹਦੇ ਵਾਸਤੇ ਯਤਨ ਵੀ ਕਰਨੇ ਪੈਂਦੇ। ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਕਰਨੇ ਚਾਹੀਦੇ। ਜੀ ਬਿਲਕੁਲ ਬਸੰਤ ਸਾਹਿਬ, ਗਾਹਾਂ ਵਾਲੀ ਗੱਲ ਦੇ ਉੱਤੇ ਵੀ ਪਾਇਓ ਜੀ ਝਾਤ। ਰਾਮਦੇਵ ਦੇ ਉੱਤੇ ਕੇਸ ਵੀ ਦਰਜ ਹੈ ਤੇ ਦਵਾਈ ਵੇਚਣ ਦੀ ਆਗਿਆ ਵੀ ਮਿਲ ਗਈ, ਇਹ ਦੋਹਰਾ ਮਾਪਦੰਡ ਕਿਵੇਂ ਹੈ ਜੀ? ਰਾਮਦੇਵ ਦੇ ਉੱਤੇ ਕੇਸ ਦਰਜ ਹੋਇਆ, ਪੰਜਾਬ ਵਿਚ ਵੀ ਆ, ਰਾਜਸਥਾਨ ਚ ਵੀ ਆ, ਕਈ ਹੋਰ ਥਾਵਾਂ ਤੇ ਵੀ ਹੋ ਗਿਆ। ਇਹਨੇ ਸਾਰੇ ਦੇਸ਼ ਨਾਲ ਫਰਾਡ ਕੀਤਾ, ਝੂਠ ਬੋਲਿਆ ਕਿ ਅਸੀਂ ਕੋਰੋਨਾ ਦੀ ਦਵਾਈ ਬਣਾਈ ਹੈ, ਔਰ ਬੜਾ ਬੜਕਾ ਮਾਰ ਮਾਰ ਆਖਿਆ ਕਿ ਸਾਰੀ ਦੁਨੀਆਂ ਬਣਾ ਨਹੀਂ ਸਕੀ, ਅਸੀਂ ਵੇਖੋ ਆਪਣੇ ਪਤੰਜਲੀ ਪੀਠ ਵਿਚ ਦਵਾਈ ਬਣਾ ਦਿੱਤੀ ਹੈ। ਇਹਦੇ ਉੱਤੇ ਫਿਰ ਜਦੋਂ ਰੌਲਾ ਪਿਆ ਕਿ ਤੁਸੀਂ ਇਹਨੂੰ ਟੈਸਟ ਕਿੱਥੇ ਕੀਤਾ, ਕਹਿੰਦਾ ਰਾਜਸਥਾਨ ਦਾ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜਾਂ ਨਿਮਸ, ਉਹਦੇ ਵਿਚ ਅਸੀਂ 100 ਬੰਦਿਆਂ ਤੇ ਟੈਸਟ ਕੀਤੀ ਤੇ ਦਵਾਈ 100% ਰਿਕਵਰੀ ਤੇ 0% ਡੈਥ ਵਾਲੀ ਸਾਬਤ ਹੋਈ ਹੈ। ਜਦੋਂ ਉੱਥੇ ਰਾਜਸਥਾਨ ਵਾਲਾ ਤੋਂ ਪੁੱਛਿਆ ਗਿਆ ਤੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਚੀਫ ਮੈਡੀਕਲ ਆਫੀਸਰ ਨੇ ਆਖਿਆ ਸਾਡੇ ਤਾਂ ਇੱਥੇ ਕਿਸੇ ਨੇ ਕੋਈ ਟੈਸਟ ਹੀ ਨਹੀਂ ਕੀਤਾ, ਬਾਬਾ ਝੂਠ ਬੋਲਦਾ, ਇੱਥੇ ਕੋਈ ਟੈਸਟ ਨਹੀਂ ਹੋਇਆ। ਭਾਰਤ ਸਰਕਾਰ ਦੇ ਨਾਲ ਬਾਬੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬਹੁਤ ਨਿੱਘੇ ਸਬੰਧ, ਉਨ੍ਹਾਂ ਦੀ ਭਾਰਤ ਸਰਕਾਰ ਨੇ ਆਯੁਸ਼ ਮੰਤਰਾਲਾ ਜਿਹੜਾ ਆਯੁਰਵੈਦਿਕ ਦਾ ਦੇਸੀ ਦਵਾਈਆਂ ਦਾ ਮੰਤਰਾਲਾ, ਉਨ੍ਹਾਂ ਨੇ ਆਖਿਆ ਜੀ ਬਾਬੇ ਨੇ ਨਾ ਦਵਾਈ ਬਣਾਉਣ ਬਾਰੇ ਨਾ
ਦਵਾਈ ਦੀ ਪਰਖ ਕਰਨ ਬਾਰੇ ਨਾ ਦਵਾਈ ਵੇਚਣ ਬਾਰੇ ਤਿੰਨਾਂ ਕੰਮਾਂ ਵਾਸਤੇ ਕੋਈ ਲਾਇਸੈਂਸ ਹੀ ਅਪਲਾਈ ਨਹੀਂ ਕੀਤਾ ਜੀ। ਇਹਨੇ ਕੋਰੋਨਾ ਦੀ ਦਵਾਈ ਕਿੱਦਾਂ ਬਣਾ ਲਈ ਬਗੈਰ ਲਾਇਸੈਂਸ ਤੋਂ? ਇਹਦੇ ਖਿਲਾਫ਼ ਕਾਰਵਾਈ ਹੋਏਗੀ। ਬਾਬੇ ਦੀ ਪਤੰਜਲੀ ਪੀਠ ਉਤਰਾਖੰਡ ਦੇ ਵਿਚ ਆ ਤੇ ਉਤਰਾਖੰਡ ਦੀ ਸਰਕਾਰ ਨੇ ਆਖਿਆ ਕਿਹਨੇ ਤੇ ਸਾਡੇ ਤੋਂ ਦਵਾਈ ਵਾਸਤੇ ਪਰਮਿਟ ਹੀ ਕੋਈ ਨੀ ਮੰਗਿਆ, ਨਾ ਵੇਚਣ ਵਾਸਤੇ ਨਾ ਟੈਸਟ ਕਰਨ ਵਾਸਤੇ। ਇਹਨੇ ਇਕੋ ਪਰਮਿਟ ਲਿਆ ਤੇ ਉਹ ਇਹ ਕਿ ਜੇ ਖੰਘ ਜਾਂ ਬੁਖਾਰ ਹੋਵੇ ਤੇ ਉਹਦੇ ਇਲਾਜ ਵਾਸਤੇ ਦਵਾਈ ਬਣਾਉਣੀ ਆ। ਆ ਕੋਰੋਨਾ ਵਗੈਰਾ ਵਾਸਤੇ ਤੇ ਇਹਨੇ ਅਪਲਾਈ ਨੀ ਕੀਤਾ। ਜਦੋਂ ਹਾਈਕੋਰਟ ਚ ਵੀ ਕੇਸ ਚਲਾ ਗਿਆ ਤੇ ਉਹਨੇ ਵੀ ਜਵਾਬ ਮੰਗ ਲਿਆ। ਫਿਰ ਪਹਿਲਾਂ ਬਾਬਾ ਤੇ ਫਿਰ ਬਾਬੇ ਦਾ ਚੇਲਾ ਦੋਵੇਂ ਆਏ ਮੈਦਾਨ ਚ ਤੇ ਲਿਖਤੀ ਜਵਾਬ ਵੀ ਦਿੱਤਾ ਤੇ ਪ੍ਰੈਸ ਨੂੰ ਵੀ ਕਿ ਅਸੀਂ ਆਖਿਆ ਕਦੋਂ ਅਸੀਂ ਕੋਰੋਨਾ ਦੀ ਦਵਾਈ ਬਣਾਈ, ਕੋਰੋਨਾ ਦੀ ਤੇ ਅਸੀਂ ਬਣਾਈ ਨੀ। ਜਦਕਿ ਰਿਕਾਰਡ ਤੇ ਮੌਜੂਦ ਆ ਕਿ ਦੋਵਾਂ ਨੇ ਟੀਵੀ ਕੈਮਰਿਆਂ ਦੇ ਸਾਹਮਣੇ ਆਖਿਆ ਸੀ ਕਿ ਅਸੀਂ ਕੋਰੋਨਾ ਦੀ ਦਵਾਈ ਬਣਾ ਲਈਏ, ਕਹਿੰਦੇ ਅਸੀਂ ਬਣਾਈ ਨੀ। ਸਾਡੇ ਤੇ ਬਦਨਾਮੀ ਏਦਾਂ ਕੀਤੀ ਗਈ ਜਿਵੇਂ ਅਸੀਂ ਅੱਤਵਾਦੀ ਹੁੰਦੇ ਹਾਂ, ਸਾਨੂੰ ਬਦਨਾਮ ਕੀਤਾ ਗਿਆ। ਸਾਨੂੰ ਤਾਂ ਵੇਖੋ ਭਾਰਤ ਸਰਕਾਰ ਨੇ ਮਨਜੂਰੀ ਦੇ ਦਿੱਤੀ ਆ ਦਵਾਈ ਵੇਚਣ ਦੀ, ਲੇਬਲ ਦਾ ਫਰਕ ਸੀਗਾ, ਲੇਬਲ ਅਸੀਂ ਬਦਲ ਦੇਣਾ। ਕੀ ਲੇਬਲ ਬਦਲ ਦੇਣਾ? ਪਹਿਲਾਂ ਤੇ ਕੋਰੋਨਾ ਤੋਂ ਦਵਾਈ ਦਾ ਨਾਂ ਕੋਰੋਨਲ ਰੱਖ ਲਿਆ ਸੀ। ਉਹ ਜਿਹੜੀ ਕੋਰੋਨਲ ਦਵਾਈ ਸੀ ਉਹਦਾ ਲੇਬਲ ਅੱਜ ਵੀ ਕੋਰੋਨਲ ਦਾ, ਤੇ ਜੇ ਕੋਰੋਨਲ ਦਾ ਤੇ ਫਿਰ ਕੋਰੋਨਾ ਸਮਝ ਕੇ ਵੇਚੀ ਜਾਊਗੀ। ਤੇ ਕੇਂਦਰ ਸਰਕਾਰ ਨੇ ਉਹਦੀ ਮਨਜੂਰੀ ਕਿੱਦਾਂ ਦੇ ਦਿੱਤੀ? ਪਹਿਲੇ ਦਿਨ ਕੇਂਦਰ ਸਰਕਾਰ ਨੂੰ ਟੁੱਟ ਕੇ ਕਿਉਂ ਪਈ ਤੇ ਮਗਰੋਂ ਇੰਨੀ ਛੇਤੀ ਮਨਜੂਰੀ ਕਿਉਂ ਦੇ ਦਿੱਤੀ? ਇਹ ਕਿਸੇ ਨੂੰ ਵੀ ਸਮਝ ਨਹੀਂ ਆਇਆ। ਇਹਦਾ ਮਤਲਬ ਇਹ ਹੈ ਕਿ ਬਾਬਾ ਕਿਉਂਕਿ ਰਾਜਨੀਤਿਕ ਪੱਖ ਤੋਂ ਦੇਸ਼ ਵਿਚ ਰਾਜ ਕਰਦੀ ਪਾਰਟੀ ਦੇ ਜ਼ਰੂਰਤ ਤੋਂ ਜ਼ਿਆਦਾ ਨੇੜੇ ਆ, ਇਸ ਕਰਕੇ ਐਡਾ ਵੱਡਾ ਫਰਾਡ ਕਰਨ, ਐਡੇ ਵੱਡੇ ਡਰਾਮੇਬਾਜ਼ੀ ਕਰਨ ਤੋਂ ਬਾਅਦ ਵੀ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਹਨੂੰ ਇੱਕ ਕਿਸਮ ਦਾ ਨਿਕਲਣ ਦਾ ਰਾਹ ਦੇ ਦਿੱਤਾ ਗਿਆ ਕਿ ਆ ਵੇਖੋ ਜੀ ਮਨਜੂਰੀ ਵੀ ਮਿਲ ਗਈ। ਅੱਗੇ ਉਹਦੇ ਕੋਲ ਜਿੰਨੀਆਂ ਥਾਵਾਂ ਤੇ ਜ਼ਮੀਨਾਂ ਉਹਨੂੰ ਅਲਾਟ ਹੋਈਆਂ ਨੇ ਜੀ, ਉਹ ਸਾਰੀਆਂ ਜ਼ਮੀਨਾਂ ਵੀ ਗੈਰ ਕਾਨੂੰਨੀ ਢੰਗਾਂ ਨਾਲ ਅਲਾਟ ਕੀਤੀਆਂ ਗਈਆਂ। ਪਟਿਆਲੇ ਦੇ ਰਾਜ ਪਰਿਵਾਰ ਦਾ, ਮਹਾਰਾਜਾ ਪਟਿਆਲਾ ਦਾ ਇੱਕ ਉਥੇ ਬਹੁਤ ਵੱਡਾ ਮਹਿਲ ਹੁੰਦਾ ਸੀ ਹਿਮਾਚਲ ਚ, ਮਹਾਰਾਜਾ ਯਾਦਵਿੰਦਰ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ ਦੇ ਬਾਪ ਨੇ, ਉਹ ਉਦੋਂ ਮਹਾਰਾਜਾ ਸੀ, ਉਦੋਂ ਅਜੇ ਰਾਜ ਖੁਸੇ ਨਹੀਂ ਸੀ। ਉਹਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਦੇ ਦਿੱਤਾ ਕਿ ਜਵਾਹਰ ਲਾਲ ਨਹਿਰੂ ਦੀ ਯਾਦ ਚ ਤੁਸੀਂ ਇੱਥੇ ਬਾਲ ਭਵਨ ਬਣਾ ਦਿਓ। ਉਹ ਉਦੋਂ ਦਾ ਪਿਆ ਸੀਗਾ, ਉਹ ਭਾਜਪਾ ਦੀ ਸਰਕਾਰ ਆਈ ਤੇ ਇਹਨਾਂ ਨੇ ਚੁੱਕੇ ਤੇ ਰਾਮਦੇਵ ਨੂੰ ਦੇ ਦਿੱਤਾ ਸਾਰੇ ਦਾ ਸਾਰਾ ਅਲਾਟ ਕਰਤਾ ਕਿ ਤੂੰ ਇੱਥੇ ਪਤੰਜਲੀ ਪੀਠ ਬਣਾ ਲਾ। ਉਹ ਕਈ ਸੌ ਕਰੋੜ ਦੀ ਪ੍ਰਾਪਰਟੀ ਹੈ। ਉਹ ਬਾਬੇ ਨੇ ਇੱਦਾਂ ਦੇ ਚੱਕਰ ਚੁੱਕਰ ਨੇ, ਹੁਣ ਉਹਦੀ ਦਵਾਈ ਨੂੰ ਮਨਜੂਰੀ ਮਿਲ ਗਈ ਹੈ, ਮਿਲ ਗਈ ਤੇ ਮਿਲ ਗਈ, ਹੁਣ ਕੋਈ ਰੋਕ ਨਹੀਂ ਸਕਦਾ ਉਹਨੂੰ, ਕਿਉਂਕਿ ਸਈਆ ਪੈ ਕੁਤਵਾਲ ਆਪ ਡਰ ਕਾਹੇ ਕਾ, ਜਦੋਂ ਘਰ ਦੀ ਸਰਕਾਰ ਹੈ ਤੇ ਉਹਨੂੰ ਰੋਕੇਗਾ ਕੌਣ? ਜੀ ਪੰਚ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਜੁੜੇ ਹੋ ਤੇ ਇੱਕ ਅਸੀਂ ਬ੍ਰੇਕ ਲੈ ਲਈਏ ਜੀ, ਨਾਲ ਦੀ ਨਾਲ ਫੇਰ ਸੋਚਿਆ ਨਾਲ ਜੁੜਦੇ ਵਿਦਨ ਫਿਊ ਮਿੰਟ ਸੈਕੰਡਰੀ ਚ ਜੁੜ ਜਾਂਗੇ ਜੀ। ਹਾਜ਼ਰਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੇ ਮਾਫੀ ਚਾਹਵਾਂਗੇ, ਇਹ ਬ੍ਰੇਕ ਲੈਣੀ ਪਈ। ਤੇ ਆ ਬਾਈ ਜੀ ਜਿਹੜੇ ਵੀ ਨੰਬਰ ਤੋਂ ਫੋਨ ਕਰਦੇ ਹੋ ਨਾ ਜੀ, ਮੈਂ ਬਲੌਕ ਵੀ ਕਰ ਸਕਦਾ ਹੁਣ ਨੰਬਰ, ਪਲੀਜ਼ ਮੈਨੂੰ ਕਾਲ ਨਾ ਕਰਿਓ ਚੱਲਦੇ ਪ੍ਰੋਗਰਾਮ ਦੇ ਵਿਚ, ਕਿਉਂਕਿ ਅਸੀਂ ਕੋਈ ਡਿਸਟਰਬੈਂਸ ਨਾ ਕਰਦੇ ਹਾਂ ਤੇ ਨਾ ਚਾਹੁੰਦੇ ਹਾਂ। ਬਾਅਦ ਵਿਚ ਤੁਸੀਂ ਮੇਰੇ ਪਰਸਨਲ ਨੰਬਰ ਤੇ ਕਾਲ ਕਰ ਸਕਦੇ ਹੋ ਕੋਈ ਤੁਹਾਨੂੰ ਜ਼ਰੂਰਤ ਹੁੰਦੀ ਹੈ, ਜਾਂ ਫਿਰ ਦੂਸਰੇ ਨੰਬਰਸ ਦੇ ਉੱਤੇ। ਪੰਨ ਸਾਹਿਬ ਅਗਲੀ ਗੱਲ ਦੇ ਉੱਤੇ ਅਸੀਂ ਗੱਲ ਕਰ ਲਈਏ ਜੀ, ਪ੍ਰਿੰਕਾ ਗਾਂਧੀ ਹੋਰਾਂ ਦਾ ਬੰਗਲਾ ਖੁੱਸ ਜਾਣਾ ਜੀ ਹੁਣ? ਹਾਂ ਉਹ ਤਾਂ ਲਗਭਗ ਆਰਡਰ ਹੋ ਗਏ ਨੇ ਜੀ। ਉਹਦਾ ਕਾਰਨ ਇਹ ਹੈ ਕਿ ਉਹਦੇ ਕੋਲ VIP ਬੰਗਲਾ ਸੀਗਾ ਜਿਹੜੇ ਸੀਨੀਅਰ ਪਾਰਲੀਮੈਂਟ ਮੈਂਬਰਾਂ ਕੋਲ ਜਾਂ ਮੰਤਰੀਆਂ ਕੋਲ ਹੁੰਦੇ ਨੇ। ਇਹ ਬੰਗਲਾ ਉਹਨੂੰ ਇਸ ਕਰਕੇ ਮਿਲਿਆ ਸੀ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਧੀ ਸੀ। ਭਾਰਤ ਦੇ ਪੁਰਾਣੇ ਨਿਯਮਾਂ ਮੁਤਾਬਕ ਜਿਹੜਾ ਵੀ ਕੋਈ ਪ੍ਰਧਾਨ ਮੰਤਰੀ ਅਹੁਦੇ ਤੋਂ ਲੱਥ ਜਾਵੇ ਉਹਨੂੰ 10 ਸਾਲਾਂ ਤੱਕ ਸਿਕਿਉਰਿਟੀ ਦਿੱਤੀ ਜਾਂਦੀ ਸੀ, ਸਭ ਤੋਂ ਟਾਪ ਦੀ ਸਿਕਿਉਰਿਟੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ। ਉਹ ਪਿਛਲੇ ਸਾਲ ਨਿਯਮ ਜਿਹੜਾ ਭਾਰਤ ਸਰਕਾਰ ਨੇ ਬਦਲ ਦਿੱਤਾ, ਹੁਣ ਉਨ੍ਹਾਂ ਨੂੰ ਜਿਹੜੀ SPG ਦੀ ਸਿਕਿਉਰਿਟੀ ਹੈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਉਹ ਨਹੀਂ ਮਿਲਦੀ, ਹੁਣ ਉਹਦੇ ਬਜਾਏ ਉਨ੍ਹਾਂ ਨੂੰ ਮਿਲਦੀ ਹੈ NSG ਦੀ, ਨੈਸ਼ਨਲ ਸਿਕਿਉਰਿਟੀ ਗਾਰਡ ਦੀ। ਇਹ ਕਮਾਂਡੋ ਹੁੰਦੇ ਨੇ ਵੀ ਜਿਹੜੀ SPG ਦੀ ਸਿਕਿਉਰਿਟੀ ਹੈ ਉਹ ਜਿਹਨੂੰ ਵੀ ਮਿਲੇ ਉਹਨੂੰ ਨਾਲ ਰਿਹਾਇਸ਼ ਵੀ ਸਰਕਾਰੀ ਤੌਰ ਤੇ ਦਿੱਤੀ ਜਾਂਦੀ ਹੈ ਕਿ ਬਾਕੀ ਲੋਕਾਂ ਦੇ ਵਿਚ ਰਹਿ ਕੇ ਜਾਂ ਆਸੇ ਪਾਸੇ ਆਬਾਦੀਆਂ ਚ ਰਹਿ ਕੇ ਉਹਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ। ਪ੍ਰਿਯੰਕਾ ਗਾਂਧੀ ਰਾਜੀਵ ਗਾਂਧੀ ਦੀ ਧੀ ਹੈ। ਜਦੋਂ ਸੋਨੀਆ ਗਾਂਧੀ ਨੇ ਧੀ ਦਾ ਵਿਆਹ ਕੀਤਾ ਤੇ ਨਾਲ ਹੀ ਅਪਲਾਈ ਕਰਤਾ ਕਿ ਹੁਣ ਤੱਕ ਤਾਂ ਧੀ ਮੇਰੇ ਨਾਲ ਰਹਿੰਦੀ ਸੀ, ਹੁਣ ਜਾਊਗੀ ਪਤੀ ਦੇ ਘਰ ਤੇ ਇਹਨੂੰ ਵੀ SPG ਸਿਕਿਉਰਿਟੀ ਮਿਲੀ ਹੈ। ਉਹ ਸਿਕਿਉਰਿਟੀ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ ਨਹਿਰੂ ਗਾਂਧੀ ਪਰਿਵਾਰ ਚ ਅੱਗੜ ਪਿਛੜ 2 ਕਤਲ ਹੋ ਗਏ ਨੇ, ਪਹਿਲਾਂ ਇੰਦਰਾ ਗਾਂਧੀ ਦਾ ਤੇ ਫਿਰ ਰਾਜੀਵ ਗਾਂਧੀ ਦਾ, ਤੇ ਪਰਿਵਾਰ ਖਤਰੇ ਦੇ ਪੱਖੋਂ ਹਿੱਟ ਲਿਸਟ ਦੇ ਟਾਪ ਤੇ ਅਤੇ ਇਨ੍ਹਾਂ ਨੂੰ ਸਪੈਸ਼ਲ ਕੈਟੇਗਰੀ ਦੇ ਵਿਚ ਉਸ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਸਿਕਿਉਰਿਟੀ ਦਿੱਤੀ ਜਾਵੇ। ਉਹਦੇ ਚ ਫਿਰ ਜਿਹੜੀ ਉਦੋਂ ਦੇਵਗੜਾ ਸਰਕਾਰ ਸੀ
ਉਨ੍ਹਾਂ ਨੇ ਇਹਦੇ ਪ੍ਰਿਯੰਕਾ ਗਾਂਧੀ ਵਾਸਤੇ ਵੀ ਬੰਗਲਾ ਅਲਾਟ ਕਰਤਾ, ਸਿਕਿਉਰਿਟੀ ਦੇਤੀ। ਬਾਅਦ ਚ ਵਾਜਪਾਈ ਸਰਕਾਰ ਆਈ ਤੇ ਉਨ੍ਹਾਂ ਨੇ ਵੀ ਆਖਿਆ ਜੀ ਅਸੀਂ ਪ੍ਰਿਯੰਕਾ ਗਾਂਧੀ ਦੀ ਸਿਕਿਉਰਿਟੀ ਰੋਕਾਂਗੇ ਨਹੀਂ। ਮਨਮੋਹਨ ਸਿੰਘ ਦੀ ਸਰਕਾਰ ਨੇ ਵੈਸੇ ਨਹੀਂ ਸੀ ਰੋਕਣੀ, ਹੁਣ ਵਾਲੀ ਸਰਕਾਰ ਨੇ ਆਉਂਦਿਆਂ ਸਾਰ ਹੀ ਉਹਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪਹਿਲਾ ਕੰਮ ਤੇ ਕੀਤਾ ਕਿ ਜਿਹੜੇ ਐਸ ਪੀ ਜੀ ਦੇ ਪ੍ਰੋਟੈਕਟੀ ਹੁੰਦੇ ਨੇ, ਜਿਹੜੇ ਸਪੈਸ਼ਲ ਸਿਕਿਉਰਿਟੀ ਵਾਲੇ, ਉਹ ਏਅਰਪੋਰਟਾਂ ਤੇ ਬਾਕੀ ਲੋਕਾਂ ਦੀ ਭੀੜ ਚ ਨਹੀਂ ਜਾਂਦੀ, ਉਨ੍ਹਾਂ ਨੂੰ ਵੱਖਰੇ ਕੱਢ ਦਿੱਤਾ ਜਾਂਦਾ। ਤੇ ਉਹ ਜਾਂਦੀ ਸੀ ਤਾਂ ਪਤੀ ਵੀ ਨਿਕਲ ਜਾਂਦਾ ਸੀ। ਇਨ੍ਹਾਂ ਨੇ ਆਖਿਆ ਕਿ ਤੂੰ ਲੰਘ ਸਕਦੀ ਉਸ ਪਾਸੇ, ਤੇਰਾ ਪਤੀ ਨਹੀਂ ਲੰਘ ਸਕਦਾ, ਪਤੀ ਜਾ ਕੇ ਲਾਈਨ ਚ ਲੱਗੇ। ਉਹਨੇ ਆਖਿਆ ਮੈਂ ਵੀ ਨਹੀਂ ਵੱਖਰਾ ਜਾਂਦੀ, ਮੈਂ ਪਤੀ ਦੀ ਲਾਈਨ ਚ ਲੱਗ ਜੂੰਗੀ ਲੋਕਾਂ ਦੇ ਚ, ਮੈਨੂੰ ਕੀ ਹੁੰਦਾ। ਉਦੋਂ ਤੇ ਪਤਾ ਸੀ ਕਿ ਸਰਕਾਰ ਕੁਝ ਨਾ ਕੁਝ ਕਰੇਗੀ। ਹੌਲੀ ਹੌਲੀ ਉਹਦੀ ਸਿਕਿਉਰਿਟੀ ਜਿਹੜੀ ਸੀ ਉਹ ਵੀ ਕਹਿਤੀ ਕਿ ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਸਿਕਿਉਰਿਟੀ ਉਹ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਾਸਤੇ ਚਾਹੀਦੀ, ਬਾਕੀਆਂ ਨੂੰ ਨਹੀਂ ਦੇਣੀ। ਉਹ ਉਧਰੋਂ ਹਟਾਤੀ ਗਈ, ਇਹਦੀ ਜੇ ਸਿਕਿਉਰਿਟੀ ਹਟ ਗਈ। ਹੁਣ ਉਨ੍ਹਾਂ ਨੇ ਅਨੈਲਿਸਿਸ ਕਰਕੇ ਨਵੀਂ ਰਿਪੋਰਟ ਚ ਕਹਿਤਾ ਕਿ ਪ੍ਰਿਯੰਕਾ ਗਾਂਧੀ ਕੋਲ ਕਿਉਂਕਿ ਐਸ ਪੀ ਦੀ ਸਿਕਿਉਰਿਟੀ ਨਹੀਂ, ਇਸ ਕਰਕੇ ਸਰਕਾਰੀ ਬੰਗਲਾ ਨਹੀਂ ਚਾਹੀਦਾ, ਤਾਂ ਬੰਗਲਾ ਛਡਾ ਲਿਆ ਜਾਵੇ। ਨਾਲ ਪੁਰਾਣਾ ਕਿਰਾਇਆ ਵੀ ਬਹੁਤ ਮੋਟੀ ਰਕਮ ਮੰਗ ਲਈ। ਉਹਨੇ ਉਸੇ ਵੇਲੇ ਕਹਿ ਦਿੱਤਾ ਜੀ ਮੈਂ ਦਿੱਲੀ ਰਹਿਣਾ ਹੀ ਨਹੀਂ, ਮੈਂ ਜਾਊਂਗੀ ਉੱਥੇ ਲਖਨਊ ਯੂਪੀ ਦੀ ਰਾਜਧਾਨੀ ਚ, ਤਾਂ ਕਿ ਉੱਥੇ ਇੱਕ ਯੂਪੀ ਦੀ ਲੜਾਈ ਲੜ ਸਕਾਂ। ਪਰ ਇਹਦੇ ਦੌਰਾਨ ਦੋ ਤਿੰਨ ਪਾਰਲੀਮੈਂਟ ਮੈਂਬਰਾਂ ਕਾਂਗਰਸਾਂ ਨੇ ਆਖਿਆ ਕਿ ਜਿਹੜੀਆਂ ਕੋਠੀਆਂ ਸਾਡੇ ਕੋਲ ਅਸੀਂ ਉਹ ਛੱਡਣ ਨੂੰ ਤਿਆਰ ਆ, ਪ੍ਰਿਯੰਕਾ ਗਾਂਧੀ ਉੱਥੇ ਰਹਿ ਲੇ। ਉਹ ਰਹਿੰਦੀ ਆ ਕਿ ਨਹੀਂ ਰਹਿੰਦੀ ਜੀ, ਰਵੇ ਵੀ ਤੇ ਕੱਲ ਨੂੰ ਮੋਦੀ ਸਰਕਾਰ ਅੰਨਾ ਹੱਥੋਂ ਰਾਈਟ ਗਾਈਡੈਂਸ ਦਾ ਦੋਸ਼ ਲਾ ਸਕਦੀ ਹੈ। ਇਸ ਕਰਕੇ ਮੇਰਾ ਖਿਆਲ ਉਹਨੇ ਰਹਿਣਾ ਨਹੀਂ, ਹੁਣ ਲਖਨਊ ਜਾਵੇਗੀ। ਤੇ ਉਧਰੋਂ ਵਿਚਾਰਾ ਜਮਾਈ ਭਾਈ ਆ ਜਿਹੜਾ ਇਨ੍ਹਾਂ ਦਾ, ਉਹਨੂੰ ਵੀ ਤੰਗ ਪਰੇਸ਼ਾਨ ਕਰੀ ਜਾਂਦੇ। ਰਾਬਰਟ ਵਾਡਰਾ ਹੋਰਾਂ ਤੋਂ ਵੀ ਪੁੱਛਗਿੱਛ ਹੋ ਰਹੀ ਹੈ, ਕਹਿੰਦੇ ਉਹ ਜਿਹੜੇ ਘਟਾਲੇ ਢੁੱਲੇ ਜਿਹੇ ਹੋਏ ਸੀ ਪੁਰਾਣੇ, ਗਵਾਗੂ ਫਰੋਲੇ ਜਾ ਰਹੇ ਆ। ਦੇਖੋ ਨਹਿਰੂ ਗਾਂਧੀ ਪਰਿਵਾਰ ਦੇ ਵਿਚ ਦੋ ਜਵਾਈ ਹੋਏ ਆ, ਦੋਵੇਂ ਬਹੁਤ ਚਰਚਿਤ ਸੀ, ਪਰ ਦੋਵਾਂ ਦਾ ਵੱਖੋ ਵੱਖਰਾ ਕਰੈਕਟਰ ਸੀ। ਇਕ ਜਵਾਈ ਸੀ ਜਵਾਹਰ ਲਾਲ ਨਹਿਰੂ ਦਾ, ਜਿਹਨੇ ਇੰਦਰਾ ਗਾਂਧੀ ਨਾਲ ਵਿਆਹ ਕਰਾਇਆ ਸੀ। ਉਹ ਇਦਾਂ ਦਾ ਬੰਦਾ ਸੀ ਕਿ ਪਾਰਲੀਮੈਂਟ ਵਿਚ ਉੱਠ ਕੇ ਆਪਣੇ ਸਹੁਰੇ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪੈ ਗਿਆ ਕਿ ਤੁਸੀਂ ਕਿੱਦਾਂ ਦੇ ਪ੍ਰਧਾਨ ਮੰਤਰੀ ਹੋ, ਤੁਹਾਡੀ ਸਰਕਾਰ ਦੇ ਵਿਚ ਫਲਾਨੇ ਫਲਾਨੇ ਬੰਦੇ ਕਰਪਟ ਬੈਠੇ ਆ ਤੇ ਤੁਸੀਂ ਇਨ੍ਹਾਂ ਨੂੰ ਕੱਢਦੇ ਨੀ, ਤੁਸੀਂ ਪਾਰਟੀ ਦੇ ਵਿਚ ਭ੍ਰਿਸ਼ਟਾਚਾਰ ਹੁੰਦਾ ਵੇਖ ਕੇ ਚੁੱਪ ਰਹੇ ਨੇ। ਉਸ ਬੰਦੇ ਦੀ ਹਿੰਮਤ ਸੀ ਕਿ ਪਾਰਲੀਮੈਂਟ ਚ ਖਲੋ ਕੇ ਆਪਣੇ ਸਹੁਰੇ ਨੂੰ ਉਹਨੇ ਆਖਿਆ ਕਿ ਤੂੰ ਗਲਤ ਕਰਦਾ ਪਿਆ। ਹੁਣ ਉਹ ਇਕ ਵੱਖਰੇ ਕਿਰਦਾਰ ਦਾ ਸੀ। ਦੂਸਰਾ ਜਵਾਈ ਜੁੜਿਆ ਇਹਨੂੰ ਸੋਨੀਆ ਗਾਂਧੀ ਨੂੰ, ਰਾਬਰਟ ਵਾਡਰਾ। ਇਹਦੇ ਦਾਦਾ ਵੀ ਇਹਦਾ ਤੇ ਪਿਓ ਵੀ ਆਰ ਐਸ ਐਸ ਦੇ ਨੇੜੇ ਹੁੰਦੇ ਸੀ। ਇਹ ਪਤਾ ਨੀ ਕਿੱਦਾਂ ਕਾਲਜ ਪੜ੍ਹਦਿਆਂ ਸਕੂਲ ਪੜ੍ਹਦਿਆਂ ਪ੍ਰਿਯੰਕਾ ਗਾਂਧੀ ਦੇ ਨੇੜੇ ਆ ਗਿਆ, ਫਿਰ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਤੱਕ ਵੀ ਇਨ੍ਹਾਂ ਦੇ ਪਰਿਵਾਰ ਦੇ ਵਿਚ ਆਰ ਐਸ ਐਸ ਦੇ ਬਾਨੀ ਡਾਕਟਰ ਹੈਡਗਵਾਰ ਦੀ ਫੋਟੋ ਲੱਗੀ ਹੁੰਦੀ ਸੀ। ਹੌਲੀ ਹੌਲੀ ਇਹ ਫਿਰ ਕਾਰੋਬਾਰੀ ਬਣ ਗਿਆ। ਫਿਰ ਇਨੇ ਕੱਪੜੇ ਕਮਲਾ ਘੁਟਾਲੇ ਇੰਨੇ ਕੁ ਕੀਤੇ ਕਿ ਹਰ ਗੱਲ ਦੀ ਚਰਚਾ ਚ ਇਹਦਾ ਨਾਂ ਆਉਣ ਲੱਗ ਪਿਆ। ਇੱਥੇ ਹਰਿਆਣੇ ਚ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਇੱਥੇ ਵੀ ਇਹਨੂੰ ਜ਼ਮੀਨਾਂ ਅਲਾਟ ਹੋਈਆਂ ਤੇ ਬਹੁਤ ਠੱਗੀ ਠੋਰੀ ਹੋਈ, ਇਹਦੇ ਚ ਬੇਈਮਾਨੀ ਕੀਤੀ ਗਈ। ਰਾਜਸਥਾਨ ਚ ਜਾ ਕੇ ਹੋਸਪਿਟੈਲਿਟੀ ਕੰਪਨੀ ਦੇ ਨਾਂ ਤੇ ਇਹਨੇ ਜਿਹੜੀਆਂ ਸਰਕਾਰੀ ਜ਼ਮੀਨਾਂ ਪਈਆਂ ਸਨ ਉਹਦਾ ਚੱਕਰ ਲੜਾਇਆ ਕਿ ਪਹਿਲਾਂ ਪਟਵਾਰੀਆਂ ਪੁੱਟਦੀਆਂ ਮਿਲ ਮਿਲਾ ਕੇ ਕੁਛ ਲੋਕਾਂ ਦੇ ਨਾਂ ਤੇ ਜ਼ਮੀਨਾਂ ਅਲਾਟ ਕਰਾਤੀਆਂ, ਉਨ੍ਹਾਂ ਲੋਕਾਂ ਤੋਂ ਅੱਗੋਂ ਇਹਦੀ ਹੋਸਪਿਟੈਲਿਟੀ ਕੰਪਨੀ ਨੇ ਖਰੀਦਣੀਆਂ। ਯਾਨੀ ਸਿੱਧਾ ਆਪ ਕਬਜ਼ਾ ਨਹੀਂ ਕੀਤਾ, ਉਨ੍ਹਾਂ ਲੋਕਾਂ ਦੇ ਨਾਂ ਤੇ ਕਰਕੇ ਫਿਰ ਉਥੋਂ ਥੋੜੇ ਪੈਸੇ ਦੇ ਕੇ ਤੇ ਉਦੋਂ ਆਪਣੇ ਚ ਖਰੀਦੀਆਂ। ਹੁਣ ਜਦੋਂ ਇਹ ਸਰਕਾਰ ਆਈ ਹੈ ਇਨ੍ਹਾਂ ਨੇ ਕੇਸ ਕੱਢਣੇ ਸ਼ੁਰੂ ਕੀਤੇ ਤੇ ਫਿਰ ਇਹ ਵੀ ਪਤਾ ਲੱਗ ਗਿਆ ਕਿ ਇਕ ਡਿਫੈਂਸ ਡੀਲ ਦੇ ਵਿਚ ਜਦਲਾਲੀ ਦਾ ਪੈਸਾ ਇਹਨੇ ਲਿਆ ਤੇ ਲੰਡਨ ਦੇ ਵਿਚ ਇਹਨੇ ਆਪਣੀ ਪ੍ਰਾਪਰਟੀ ਕਾਫੀ ਸਾਰੀ ਉਥੇ ਖਰੀਦੀ ਹੈ। ਉਸ ਪ੍ਰਾਪਰਟੀ ਨੂੰ ਇਹ ਕਹਿੰਦਾ ਮੇਰਾ ਸਬੰਧ ਕੋਈ ਨੀ, ਤੇ ਜਿਹੜਾ ਬੰਦਾ ਉਥੇ ਕੇਅਰ ਟੇਕਰ ਸੀ ਉਹ ਈ ਮੇਲ ਤੇ ਦੱਸਦਾ ਸੀ ਜੀ ਪੇਂਟ ਕਰਾਉਣ ਲਈ ਇੰਨੇ ਪੈਸੇ ਚਾਹੀਦੇ ਤੇ ਈ ਮੇਲ ਤੇ ਕਹਿੰਦਾ ਸੀ ਫਲਾਨੇ ਤਾਂ ਤੋਂ ਫਲਾਨੇ ਬੰਦੇ ਤੋਂ ਜਾ ਕੇ ਲਿਆ। ਸਾਰਾ ਕੰਮ ਈ ਮੇਲ ਤੇ ਹੁੰਦਾ ਰਿਹਾ। ਜਿਹੜੀਆਂ ਈ ਮੇਲਸ ਨੇ ਕਈ ਲੋਕ ਇਹ ਸਮਝਦੇ ਆ ਕਿ ਈ ਮੇਲ ਦਾ ਪਤਾ ਨਹੀਂ ਲੱਗਣਾ, ਉਹ ਜੇ ਅੱਡ ਅੱਡ ਨਾਵਾਂ ਤੇ ਡੁਪਲੀਕੇਟ ਫਰਜ਼ੀ ਈ ਮੇਲ ਵੀ ਬਣਾਈਆਂ ਹੋਣ ਫਿਰ ਵੀ ਗੱਲ ਇੱਥੋਂ ਖੁੱਲ ਜਾਂਦੀ ਹੈ ਕਿ ਤੁਸੀਂ ਆਪਣੇ ਘਰ ਦੇ ਜਿਹੜੇ ਕੰਪਿਊਟਰ ਤੋਂ ਦੂਸਰੀਆਂ ਈ ਮੇਲਸ ਕਰਦੇ ਆ, ਜੇ ਅੱਜ ਉਹ ਜਾਂਚ ਏਜੰਸੀਆਂ ਅਚਾਨਕ ਆਪਣੇ ਸਕੈਮ ਤੇ ਲਾ ਕੇ ਪੁੱਛ ਲੈਣ ਕਿ ਇਸ ਕੰਪਿਊਟਰ ਤੋਂ ਹੋਰ ਕਿਹੜੀਆਂ ਕਿਹੜੀਆਂ ਈ ਮੇਲ ਹੋਈਆਂ, ਤੇ ਉਸੇ ਵੇਲੇ ਕੰਪਿਊਟਰ ਦੱਸ ਦਿੰਦਾ ਕਿ ਇਸੇ ਨੰਬਰ ਤੋਂ, ਇਸ ਕੰਪਿਊਟਰ ਤੋਂ ਔਰ ਇਸੇ ਟੈਲੀਫੋਨ ਲਾਈਨ ਤੋਂ, ਇਸੇ ਵਾਈਫਾਈ ਨੈਟਵਰਕ ਤੋਂ ਫਲਾਨੀਆਂ ਫਲਾਨੀਆਂ ਵੀ ਹੋਈਆਂ। ਉਹ ਪੜਤਾਲ ਕੀਤੀ ਤੇ ਸਾਬਤ ਹੋ ਗਿਆ ਕਿ ਉਹਦੇ ਚ ਪੈਸਾ ਇਹਦੇ ਰਾਹੀਂ ਦਲਾਲਾਂ ਤੋਂ ਇਹਦੇ ਹੱਲ ਤੇ ਇਹਦੇ ਤੋਂ ਅੱਗੇਲੇ ਪਾਸੇ ਜਿਹਨੂੰ ਇਹ ਕਹਿੰਦਾ ਸੀ ਉੱਥੇ ਪਹੁੰਚਦਾ ਰਿਹਾ। ਉਸ ਕੇਸ ਵਿਚ ਫਸਿਆ ਫਿਰਦਾ ਉਹ ਮੁੰਡਾ ਤਾਂ ਹਰਮਸਿਆ ਬਦਨਾਮੀ ਵਾਲਾ। ਜੇ ਕਿਤੇ ਨਰਿੰਦਰ ਮੋਦੀ ਸਰਕਾਰ ਆ ਨਾ ਜਾਂਦੀ
ਜੀ ਉਨ੍ਹਾਂ ਦਿਨਾਂ ਚ ਜਦੋਂ ਬੜੇ ਕੇਸਾਂ ਚ ਫਸਿਆ ਫਿਰਦਾ ਸੀ ਉਹਨੇ ਅਮੇਠੀ ਚ ਜਾ ਕੇ ਰਾਹੁਲ ਗਾਂਧੀ ਦੀ ਕੰਪੇਨ ਕਰਦਿਆਂ ਤੇ ਰਾਏਬਰੇਲੀ ਚ ਸੋਨੀਆ ਗਾਂਧੀ ਦੀ ਕੰਪੇਨ ਕਰਦਿਆਂ ਆਖਿਆ ਸੀ ਛੇਤੀ ਮੈਂ ਰਾਜਨੀਤੀ ਚ ਆਉਣ ਵਾਲਾ ਮੈਂ ਵੀ ਚੋਣ ਲੜਾਂਗਾ ਜੀ ਉਹ ਜੇ ਚੋਣ ਲੜ ਨਹੀਂ ਸਕਿਆ ਬਗੈਰ ਚੋਣ ਲੜਨ ਤੋਂ ਇੰਨੇ ਕੇ ਘਪਲੇ ਘੁਟਾਲੇ ਉਹਨੇ ਕਰ ਦਿੱਤੇ ਆ ਜੇ ਚੋਣ ਲੜਦਾ ਤੇ ਪਤਾ ਨਹੀਂ ਹੋਰ ਕੀ ਕੁਛ ਕਰਦਾ ਉਹਦੇ ਨਾਲ ਕਿਸੇ ਦੀ ਹਮਦਰਦੀ ਨਹੀਂ ਹੋਣੀ ਚਾਹੀਦੀ ਠੀਕ ਹੈ ਕਾਂਗਰਸ ਦੇ ਲੀਡਰ ਆਪਣੀ ਪ੍ਰਧਾਨ ਦੇ ਜਵਾਈ ਦੀ ਜਿਹੜੀ ਉਹ ਮਤਲਬ ਹਮਾਇਤ ਕਰਦੇ ਆ ਕਾਂਗਰਸੀਆਂ ਦਾ ਕਲਚਰ ਵੀ ਆ ਜਦੋਂ ਪ੍ਰਿਯੰਕਾ ਗਾਂਧੀ ਦੇ ਘਰ ਪਹਿਲਾ ਬੱਚਾ ਪੈਦਾ ਹੋਇਆ ਸੀ ਤੇ ਕਾਂਗਰਸੀਆਂ ਨੇ ਜਾ ਕੇ ਸੋਨੀਆ ਗਾਂਧੀ ਦੀ ਕੋਠੀ ਦੇ ਅੱਗੇ ਬੈਂਡ ਵਾਜੇ ਲਾ ਕੇ ਭੰਗੜੇ ਪਾਏ ਤੇ ਨਾਲ ਗਾਣਾ ਕੀ ਗਾਉਂਦੇ ਸੀ ਆਹਾ ਮੈਂ ਤੋ ਮਾਮਾ ਬਣ ਗਿਆ ਉਹ ਜਿਹੜੇ ਆਹਾ ਮੈਂ ਤੋ ਮਾਮਾ ਬਣ ਗਿਆ ਵਾਲੇ ਸੀ ਉਹ ਤਾਂ ਰਾਬਰਟ ਵਾਡਰਾ ਦੀ ਹਮਾਇਤ ਕਰਨਗੇ ਪ੍ਰਿਯੰਕਾ ਗਾਂਧੀ ਦਾ ਕਰੈਕਟਰ ਵੱਖਰਾ ਰਾਬਰਟ ਵਾਡਰੇ ਦਾ ਵੱਖਰਾ ਦੋਵਾਂ ਦੇ ਆਪੋ ਵਿਚ ਬਹੁਤ ਜ਼ਿਆਦਾ ਫਰਕ ਹੈ ਪ੍ਰਿਯੰਕਾ ਗਾਂਧੀ ਦੇ ਆਪਣੇ ਨਾਂ ਦੇ ਉੱਤੇ ਨਿੱਜੀ ਤੌਰ ਤੇ ਕਦੇ ਕੋਈ ਦੋਸ਼ ਨਹੀਂ ਲੱਗਦਾ ਪਰ ਜਿੰਨੇ ਦੋਸ਼ ਇਸ ਮੁੰਡੇ ਦੇ ਨਾਂ ਤੇ ਲੱਗਦੇ ਆ ਉਹ ਅਲਟੀਮੇਟਲੀ ਜਾ ਕੇ ਪ੍ਰਿਯੰਕਾ ਦੇ ਨਾਂ ਨਾਲ ਵੀ ਜੁੜਦੇ ਆ ਇਹ ਉਹਦਾ ਫਿਊਚਰ ਵੀ ਖਰਾਬ ਕਰਨ ਦਾ ਕਾਰਨ ਬਣੀ ਜਾ ਰਿਹਾ ਜੀ ਤਪਨ ਸਾਹਿਬ ਯੂਪੀ ਦੀ ਅਸੀਂ ਗੱਲ ਥੋੜੀ ਛੇੜੀ ਸੀ ਤੇ ਯੂਪੀ ਦੇ ਵਿਚ ਇਕ ਬੜਾ ਅਜੀਬੋ ਗਰੀਬ ਮੁਕਾਬਲਾ ਹੋਇਆ ਜੀ ਅੱਠ ਪੁਲਿਸ ਵਾਲੇ ਮਾਰੇ ਗਏ ਨੇ ਤੇ ਜਿਹੜੇ ਗੈਂਗਸਟਰ ਜਾਂ ਲੱਠਮਾਰ ਜਿਹੜਾ ਵੀ ਸ਼ਬਦ ਉਹ ਵਰਤਦੇ ਆ ਉਹ ਤਾਂ ਫਰਾਰ ਹੋ ਗਿਆ ਜੀ ਦੇਖੋ ਯੂਪੀ ਦੇ ਵਿਚੋਂ ਲੰਘਦੀ ਸੀ ਚੰਬਲ ਤੇ ਚੰਬਲ ਦੇ ਡਾਕੂ ਕਿਸੇ ਵਕਤ ਬੜੇ ਮਸ਼ਹੂਰ ਹੁੰਦੇ ਸੀ ਉਥੇ ਕਤਲਾਂ ਦੀ ਰਾਜਨੀਤੀ ਤੇ ਰਾਜਨੀਤੀ ਵਿਚ ਕਤਲ ਇਹ ਸ਼ੁਰੂ ਤੋਂ ਹੀ ਚੱਲਦੇ ਆਏ ਆ ਫੁਲਨ ਦੇਵੀ ਵੀ ਤੇ ਉਥੇ ਹੀ ਡਾਕੂ ਬਣੇ ਸੀ ਉਹਦੇ ਨਾਲ ਪਿੰਡ ਦੀ ਸੱਥ ਦੇ ਵਿਚ 16 ਜਣਾਂ ਨੇ ਬਲਾਤਕਾਰ ਕੀਤਾ ਸੀ ਕਿਸੇ ਪੰਚਾਇਤ ਨੇ ਕਿਸੇ ਪੁਲਿਸ ਨੇ ਨਾ ਸੁਣੇ ਤੇ ਡਾਕੂ ਬਣ ਗਈ ਤੇ ਫਿਰ ਜਦੋਂ ਉਹਦੇ ਕੋਲ ਤਗੜਾ ਦਸਤਾ ਬਣ ਗਿਆ ਡਾਕੂਆਂ ਦਾ ਉਹਨੇ ਜਾ ਕੇ ਸਾਰਾ ਪਿੰਡ ਘੇਰ ਕੇ ਉਹ 16 ਜਣੇ ਲਿਆਂਦੇ ਉੱਥੇ ਹੀ ਜਿੱਥੇ ਉਹ ਖੂਹ ਦੇ ਉੱਤੇ ਪਾਣੀ ਭਰਨ ਗਏ ਸੀ ਤੇ ਸਾਰੇ ਪਿੰਡ ਦੇ ਸਾਹਮਣੇ ਬਲਾਤਕਾਰ ਹੋਇਆ ਸੀ ਉਹਨਾਂ ਸਾਰਿਆਂ ਨੂੰ ਸੱਥ ਚ ਲਿਆ ਕੇ ਕੱਲੇ ਕੱਲੇ ਨੂੰ ਸਾਰੇ ਪਿੰਡ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰਿਆ ਸੀ ਬਾਅਦ ਵਿਚ ਉਹਨੇ ਸਰੈਂਡਰ ਕਰਤਾ ਫਿਰ ਉਹ ਪਾਰਲੀਮੈਂਟ ਮੈਂਬਰ ਵੀ ਬਣ ਗਈ ਤੇ ਜਿਹਦੀ ਤਿੰਨਾਂ ਰਾਜਾਂ ਚ ਦਹਿਸ਼ਤ ਸੀ ਉਹ ਦਿੱਲੀ ਚ ਇਕ ਟੁੱਚਲ ਜਿਹੇ ਕਾਤਲ ਦੇ ਹੱਥੋਂ ਲੁਟੇਰੇ ਦੇ ਹੱਥੋਂ ਮਰ ਗਈ ਕਿਉਂਕਿ ਲੁਟੇਰਿਆਂ ਨੂੰ ਪਤਾ ਹੀ ਨਹੀਂ ਸੀ ਕਿ ਫੁੱਲਾਂ ਦੇਵੀ ਜੀ ਪਤਾ ਹੁੰਦਾ ਤੇ ਸ਼ਾਇਦ ਡਰਦੇ ਹਾਥੀ ਨਾ ਲਾਉਂਦੇ ਤੇ ਉੱਥੇ ਮਰ ਗਈ ਸੀ ਅੱਛਾ ਉਹ ਉੱਥੇ ਇੱਦਾਂ ਪਹਿਲਾਂ ਵੀ ਡਾਕੂ ਮਲਖਾਨ ਸਿੰਘ ਵਗੈਰਾ ਬੜੇ ਔਖੇ ਹੋਏ ਨੇ ਹੁਣ ਅੱਜ ਕੱਲ ਨਵੀਂ ਕਿਸਮ ਦੇ ਡਾਕੂ ਆ ਇਹ ਲੁਟੇਰੇ ਵੀ ਨੇ ਡਾਕੇ ਵੀ ਮਾਰਦੇ ਨੇ ਰਾਜਨੀਤੀ ਵੀ ਕਰਦੇ ਨੇ ਅੱਜ ਜਿਹੜਾ ਬੰਦਾ ਇਸ ਵੇਲੇ ਉਹ ਵਿਕਾਸ ਦੁਬੇ ਨਾਂ ਦਾ ਬਹੁਤ ਵੱਡਾ ਚਰਚਾ ਵਿਚ ਆਇਆ ਪਿਆ ਇਹ ਪਿਛਲੇ 25-30 ਸਾਲਾਂ ਤੋਂ ਇਸੇ ਤਰ੍ਹਾਂ ਕਰਦਾ ਪਿਆ 2002 ਦੇ ਵਿਚ ਉਦੋਂ ਰਾਜਨਾਥ ਸਿੰਘ ਦੀ ਸਰਕਾਰ ਸੀ ਜਿਹੜਾ ਅੱਜ ਕੱਲ ਭਾਰਤ ਦਾ ਡਿਫੈਂਸ ਮਿਨਿਸਟਰ ਆ ਇਹ ਉਦੋਂ ਯੂਪੀ ਦਾ ਮੁੱਖ ਮੰਤਰੀ ਹੁੰਦਾ ਸੀ ਤੇ ਇਨ੍ਹਾਂ ਨੇ ਇਕ ਬੰਦੇ ਨੂੰ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਕੇ ਮੰਤਰੀ ਦਾ ਦਰਜਾ ਦਿੱਤਾ ਸੀ ਉਹ ਬੰਦਾ ਥਾਣੇ ਵਿਚ ਗਿਆ ਤੇ ਉਹ ਵਿਕਾਸ ਦੁਬੇ ਥਾਣੇ ਚ ਗਿਆ ਤੇ ਸਾਰੀ ਪੁਲਿਸ ਦੇ ਸਾਹਮਣੇ ਉਥੇ ਫੜਕੇ ਨੂੰ ਗੋਲੀ ਮਾਰ ਕੇ ਮਾਰ ਆਇਆ ਸੀ ਉਦੋਂ ਤੋਂ ਲੈ ਕੇ ਚਰਚਾ ਚ ਇਕ ਵਾਰੀ ਕਤਲ ਕੇਸ ਵਿਚ ਫੜਿਆ ਵੀ ਗਿਆ ਤੇ ਜੇਲ੍ਹ ਚ ਬੈਠਾ ਸੀ ਲੋਕਾਂ ਨੇ ਕਤਲ ਕੇਸ ਵਿਚ ਗਵਾਹੀਆਂ ਵੀ ਨਹੀਂ ਦਿੱਤੀਆਂ ਤੇ ਜੇਲ੍ਹ ਚ ਬੈਠੇ ਨੂੰ ਪਿੰਡ ਦਾ ਸਰਪੰਚ ਵੀ ਬਣਾ ਦਿੱਤਾ ਸੀ ਦੂਜਾ ਕੋਈ ਮੁਕਾਬਲੇ ਖੜਾ ਨਹੀਂ ਸੀ ਹੋ ਸਕਿਆ ਉਹ ਬੰਦਾ ਉਦੋਂ ਤੋਂ ਬਾਅਦ ਮਾਇਆਵਤੀ ਦੀ ਸਰਕਾਰ ਵੇਲੇ ਵੀ ਇਸੇ ਤਰ੍ਹਾਂ ਧੜੱਲੇਦਾਰ ਸੀ ਰਾਜਸੀ ਲੀਡਰਾਂ ਦੀ ਮਦਦ ਕਰਦਾ ਤੇ ਬਦਲੇ ਚ ਮਦਦ ਲੈਂਦਾ ਅਖਿਲੇਸ਼ ਸਿੰਘ ਦੇ ਵੇਲੇ ਵੀ ਹੁਣ ਅੱਜ ਕੱਲ ਬੀਜੇਪੀ ਦੀ ਸਰਕਾਰ ਹੈ ਇਹਦੇ ਵਿਚ ਵੀ ਉਹ ਪੂਰੀ ਚੜ੍ਹਤ ਵਿਚ ਹੈ ਅੱਜ ਪਤਾ ਲੱਗਾ ਕਿ ਫਲਾਨੇ ਥਾਂ ਪੁਲਿਸ ਨੇ ਘੇਰਾ ਪਾਇਆ ਜਦੋਂ ਪੁਲਿਸ ਵਾਲੇ ਉੱਥੇ ਜਾ ਕੇ ਉਤਰੇ ਤੇ ਉਹਦਾ ਟੋਲਾ ਜਿਹੜਾ ਉੱਚੇ ਥਾਂ ਤੇ ਬੈਠਾ ਸੀ ਟਿੱਲੇ ਤੇ ਪੁਲਿਸ ਵਾਲੇ ਨੀਵੇਂ ਥਾਂ ਸੀ ਉਹਨੇ ਕੀ ਕੀਤਾ ਕਿ ਜਿਨ੍ਹਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਉਹਨੇ ਉਸ DSP ਨੂੰ ਬਾਹੋਂ ਫੜ ਕੇ ਅੰਦਰ ਧੂ ਲਿਆ ਤੇ ਆਪਣੇ ਵਿਹੜੇ ਚ ਗੋਲੀ ਮਾਰੀ ਤੇ ਮਾਰਤਾ ਫਿਰ ਉਹਦੇ ਨਾਲਦਿਆਂ ਨੇ ਆਸੇ ਪਾਸੇ ਤੋਂ ਫੈਰ ਕੀਤਾ ਤੇ ਉਹਦੇ ਚ DSP ਤਾਂ ਪਹਿਲਾਂ ਮਰ ਗਿਆ ਸੀ ਫਿਰ ਇਕ ਇੰਸਪੈਕਟਰ 2 ਸਬ ਇੰਸਪੈਕਟਰ ਤੇ 4 ਸਿਪਾਹੀ ਮਰ ਗਏ ਨੇ ਏਡੀ ਵੱਡੀ ਵਾਰਦਾਤ ਹੋ ਗਈ ਹੈ ਯੋਗੀ ਮਹਾਰਾਜ ਸੰਤ ਪੁਰਸ਼ ਹੈ ਉਹ ਕਹਿੰਦੇ ਮੇਰਾ ਰਾਜ ਬਹੁਤ ਵਧੀਆ ਹੋਣਾ ਰਾਜ ਵੀ ਸੱਚਮੁੱਚ ਬਹੁਤ ਵਧੀਆ ਹੋਣਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਉੱਥੇ ਲਗਾਤਾਰ ਹੋ ਰਹੀਆਂ ਨੇ ਕਤਲੇਆਮ ਬਹੁਤ ਹੋ ਰਹੇ ਨੇ ਯੂਪੀ ਚ ਹੁਣ ਕਿਉਂਕਿ ਪੁਲਿਸ ਵਾਲੇ 8 ਇਕੱਠੇ ਮਰੇ ਆ ਤੇ ਰੌਲਾ ਪੈ ਗਿਆ ਨਹੀਂ ਤਾਂ ਕਿਹੜਾ ਦਿਨ ਹੈ ਜਿੱਥੇ ਜਦੋਂ ਉੱਥੇ ਯੂਪੀ ਚ ਇਹੋ ਜਿਹੀਆਂ ਵਾਰਦਾਤਾਂ ਨਹੀਂ ਹੁੰਦੀਆਂ ਔਰ ਇਹ ਕੁਝ ਲੋਕੀ ਇਹਨੂੰ ਰਾਜਨੀਤੀ ਨਾਲ ਜੋੜਦੇ ਆ ਉਦਾਂ ਯੂਪੀ ਦਾ ਰਿਕਾਰਡ ਵੀ ਇਸ ਤਰ੍ਹਾਂ ਦਾ ਅੱਜ ਤੋਂ ਕੋਈ 12-14 ਸਾਲ ਪਹਿਲਾਂ ਇਕ ਵਾਰੀ ਯੂਪੀ ਚ ਵਿਧਾਨ ਸਭਾ ਚੋਣਾਂ ਚ ਇਹ ਦਿਲਚਸਪ ਤਸਵੀਰ ਬਣੀ ਕਿ 3 ਹਲਕਿਆਂ ਦੇ ਵਿਚ ਜਿਹੜਾ ਪਹਿਲੇ ਨੰਬਰ ਤੇ ਆਇਆ ਉਹ ਵੀ ਜਿਹੜਾ ਦੂਜੇ ਨੰਬਰ ਤੇ ਆਇਆ ਉਹ ਵੀ ਜਿਹੜਾ ਤੀਜੇ ਨੰਬਰ ਤੇ ਆਇਆ ਉਹ ਵੀ ਉਹ ਤਿੰਨੇ ਹੀ ਕਤਲ ਦੇ ਕੇਸਾਂ ਚ ਜੇਲ੍ਹ ਵਿਚ ਬੰਦ ਸਨ ਇਕ ਕੇਸ ਇਹੋ ਜਿਹਾ
ਉੱਥੇ ਪਹਿਲੇ ਨੰਬਰ ਵਾਲਾ, ਦੂਜੇ ਨੰਬਰ ਵਾਲਾ ਤੇ ਤੀਜੇ ਨੰਬਰ ਵਾਲਾ, ਯਾਨੀ ਜਿਹੜਾ ਜਿੱਤਿਆ ਤੇ ਜਿਹੜੇ ਦੋ ਉਤੋਂ ਹਾਰੇ, ਉਹ ਤਿੰਨੇ ਇੱਕੋ ਜੇਲ ਚ ਬੰਦ ਸਨ ਤੇ ਤਿੰਨਾਂ ਤੇ ਕਤਲ ਦੇ ਕੇਸ ਸਨ। ਤੇ ਇੱਕ ਜਣਾ ਜਿਹੜਾ ਜਿੱਤ ਗਿਆ ਸੀ ਉਹਨੇ ਫਿਰ ਸਾਰੀ ਜੇਲ ਦੀ ਪਾਰਟੀ ਕੀਤੀ, ਤੇ ਜਿਹੜੇ ਦੋ ਉਹਦੇ ਤੋਂ ਹਾਰੇ ਸਨ ਉਹਨਾਂ ਦੀਆਂ ਬੈਰਕਾਂ ਚ ਵੀ ਖਾਣ ਪੀਣ ਦਾ ਸਮਾਨ ਭੇਜਿਆ ਸੀ, ਕਹਿ ਲੋ ਮੇਰੇ ਵੱਲੋਂ ਚੁੱਲ੍ਹੇ ਲਿਆਉਂਦਾ ਮੈਂ ਤੁਹਾਨੂੰ ਭੇਜਦਾ। ਉਹ ਯੂਪੀ ਏਦਾਂ ਦੀ ਚੱਲਦੀ ਪਈ ਆ। ਉੱਥੇ ਇੱਕ ਵਾਰੀ ਇਹ ਵੀ ਪਤਾ ਲੱਗਾ ਸੀ ਕਿ ਇੱਕ ਬੰਦਾ 22 ਸਾਲਾਂ ਤੋਂ ਭਗੌੜਾ ਸੀ ਤੇ ਚੋਣਾਂ ਚ ਖੜਾ ਹੋ ਗਿਆ, ਤੇ ਹੁਣ ਚੋਣ ਕਮਿਸ਼ਨ ਦਾ ਹੁਕਮ ਹੈ ਕਿ ਬੰਦਾ ਜਿੱਦਾਂ ਦਾ ਮਰਜ਼ੀ ਹੋਵੇ, ਜੇ ਉਹਨੇ ਚੋਣ ਚ ਕਾਗਜ਼ ਭਰ ਦਿੱਤੇ ਆ ਉਹਨੂੰ ਚੋਣ ਵਿਚ ਸਿਕਿਉਰਿਟੀ ਦੇਣੀ ਆ। ਜਿਹੜੇ ਪੁਲਿਸ ਅਫਸਰ ਉਹਦੇ ਵਾਰੰਟ ਲਈ ਫਿਰਦੇ ਸਨ ਤੇ ਉਹਨਾਂ ਨੂੰ ਪਤਾ ਸੀ ਕਤਲ ਕੇਸ ਚ ਭਗੌੜਾ, ਉਹਨਾਂ ਦੀ ਡਿਊਟੀ ਉਹਦੀ ਸਿਕਿਉਰਿਟੀ ਤੇ ਲਾਤੀ ਗਈ ਤੇ ਉਹ ਮੱਥੇ ਤੇ ਹੱਥ ਮਾਰਦੇ ਸਨ ਕਿ ਆਹ ਵੀ ਦਿਨ ਆਉਣੇ ਆ। ਕੱਲ ਤੱਕ ਸਰਕਾਰ ਕਹਿੰਦੀ ਸੀ ਇਹਨਾਂ ਨੂੰ ਫੜਦੇ ਨੀ ਤੇ ਅੱਜ ਸਰਕਾਰ ਨੇ ਕਿਹਾ ਜੀ ਰਾਖੀ ਕਰਨੀ ਆ। ਉਹ ਯੂਪੀ ਯੂਪੀ ਆ, ਅੱਗੇ ਕਹਿੰਦੇ ਹੁੰਦੇ ਸੀ ਉੱਤਰ ਪ੍ਰਦੇਸ਼ ਨੂੰ ਉੱਤਮ ਪ੍ਰਦੇਸ਼ ਬਣਾ ਦਿਆਂਗੇ, ਹੁਣ ਲੋਕੀ ਕਹਿੰਦੇ ਉੱਤਰ ਪ੍ਰਦੇਸ਼ ਹਰ ਨਵੀਂ ਸਰਕਾਰ ਦੇ ਨਾਲ ਹੋਰ ਪੌੜੀਆਂ ਉੱਤਰ ਦਾ ਪ੍ਰਦੇਸ਼ ਬਣੀ ਜਾਂਦਾ, ਉੱਤਰ ਪ੍ਰਦੇਸ਼ ਪੌੜੀਆਂ ਉੱਤਰ ਦਾ ਪ੍ਰਦੇਸ਼ ਬਣ ਗਿਆ। ਜੀ ਬਿਲਕੁਲ। ਤੇ ਪੰਚ ਸਾਹਿਬ, ਅਸੀਂ ਪੰਜਾਬ ਦੇ ਵੱਲ ਆ ਜਾਈਏ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਖ਼ਬਰਾਂ ਨੇ ਤੇ ਇੱਕ ਕੋਰੋਨਾ ਨੂੰ ਲੈ ਕੇ ਜਿਹੜੀ ਅਹਿਮ ਖ਼ਬਰ ਹੈ ਕਿ ਅੰਮ੍ਰਿਤਸਰ ਦੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਮੁਅੱਤਲ ਕੀਤੀ ਹੈ ਜੀ, ਕਾਰਨ ਕੀ ਹੈ? ਦੇਖੋ, ਜਦੋਂ ਕੋਰੋਨਾ ਵਾਇਰਸ ਫੈਲਣ ਲੱਗਾ ਤੇ ਸਭ ਤੋਂ ਵੱਡੀ ਗੱਲ ਸੀ ਕਿ ਡਾਕਟਰਾਂ ਨੂੰ ਜਿਨ੍ਹਾਂ ਨੇ ਉਹ ਸਾਰਾ ਇਲਾਜ ਕਰਨਾ, ਜਾਂ ਨਰਸਾਂ ਨੂੰ, ਫਾਰਮਾਸਿਸਟਾਂ ਨੂੰ, ਲੈਬ ਟੈਕਨੀਸ਼ੀਅਨਾਂ ਨੂੰ ਪੀਪੀਈ ਕਿੱਟਾਂ ਦਿੱਤੀਆਂ ਜਾਣ। ਪੀਪੀਈ ਕਿੱਟ ਹੁੰਦੀ ਹੈ ਪਰਸਨਲ ਪ੍ਰੋਟੈਕਸ਼ਨ ਪ੍ਰੋਟੈਕਟਿਵ ਇਕੁਇਪਮੈਂਟ। ਇਹ ਅੱਜ ਤੋਂ 100-125 ਸਾਲ ਪਹਿਲਾਂ ਚੱਲੇ ਸੀ, ਉਦੋਂ ਫਾਇਰ ਬ੍ਰਿਗੇਡ ਵਾਲਿਆਂ ਵਾਸਤੇ ਬਣਾਇਆ ਗਿਆ ਸੀ ਤਾਂ ਕਿ ਉਹ ਅੱਗ ਦੇ ਵਿਚ ਵੀ ਚਲੇ ਜਾਣ ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕੋਰੋਨਾ ਵਾਇਰਸ ਦੇ ਦਿਨਾਂ ਚ ਬਹੁਤ ਚਰਚਾ ਵਿਚ ਆਈ ਹੈ ਪੀਪੀਈ ਕਿੱਟ। ਇੱਥੇ ਅੰਮ੍ਰਿਤਸਰ ਚ ਪੀਪੀਈ ਕਿੱਟਾਂ ਨਹੀਂ ਸਨ। ਲੋਕਲ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣਾ ਜਿਹੜਾ ਹਲਕਾ ਵਿਕਾਸ ਫੰਡ ਪਾਰਲੀਮੈਂਟ ਮੈਂਬਰਾਂ ਨੂੰ ਮਿਲਦਾ, ਐਮ ਪੀ ਲੈਂਡ, ਐਮ ਪੀ ਲੋਕਲ ਏਰੀਆ ਡਿਵੈਲਪਮੈਂਟ ਫੰਡ, ਉਹਦੇ ਚ ਪੈਸੇ ਦਿੱਤੇ ਤੇ ਆਖਿਆ ਮੰਗਾ ਲੋ। ਤਿੰਨ ਅੱਡ ਅੱਡ ਫਰਮਾਂ ਤੋਂ ਪੀਪੀਈ ਕਿੱਟਾਂ ਖਰੀਦੀਆਂ ਗਈਆਂ, ਚਾਰ ਤੋਂ ਤਿੰਨਾਂ ਫਰਮਾਂ ਦੀਆਂ ਕਿੱਟਾਂ ਠੀਕ ਨਿਕਲੀਆਂ, ਚੌਥੀ ਫਰਮ ਜਿਹਦਾ ਰਾਜਨੀਤਿਕ ਅਸਰ ਕਾਫੀ ਸੀ ਉਹਦੀਆਂ ਕਿੱਟਾਂ ਮਾੜੀਆਂ ਗਈਆਂ ਤੇ ਉਹਦੇ ਚ ਲੈਣ ਦੇਣ ਵੀ ਹੋਇਆ, ਦੋਸ਼ ਲੱਗਦਾ ਸੀ ਪ੍ਰਿੰਸੀਪਲ ਤੇ। ਪਰ ਜਿਹੜਾ ਮੈਡੀਕਲ ਕਾਲਜਾਂ ਦਾ ਮੰਤਰੀ ਆ, ਮੈਡੀਕਲ ਸਿੱਖਿਆ ਦਾ ਮੰਤਰੀ, ਉਹ ਅੰਮ੍ਰਿਤਸਰ ਚ ਬੈਠਾ, ਉਹਦੀ ਨੱਕ ਹੇਠ ਏਡਾ ਵੱਡਾ ਘੁਟਾਲਾ ਹੋ ਗਿਆ ਤੇ ਉਹ ਕੀ ਕਰਦਾ ਸੀ? ਫਿਰ ਜਦੋਂ ਰੌਲਾ ਪਿਆ, ਪਹਿਲਾਂ ਪੰਜਾਬ ਸਰਕਾਰ ਨੇ ਪੜਤਾਲ ਨੀ ਕਰਾਈ, ਫਿਰ ਉਹਨੇ ਐਮ ਪੀ ਨੇ ਕੇਂਦਰ ਸਰਕਾਰ ਨੂੰ ਲਿਖਤਾ ਕਿ ਆਹ ਮਾਮਲਾ ਹੋਇਆ, ਕੇਂਦਰ ਸਰਕਾਰ ਨੇ ਪੜਤਾਲ ਕਰਾਤੀ। ਉਸ ਪੜਤਾਲ ਦੇ ਚੱਕਰ ਵਿਚ ਹੁਣ ਜਦੋਂ ਇਨ੍ਹਾਂ ਨੂੰ ਪਤਾ ਲੱਗਾ ਫਸ ਜਾਣਾ, ਇਨ੍ਹਾਂ ਨੇ ਉਸ ਫਰਮ ਤੋਂ ਉਹ ਪੈਸੇ ਵਾਪਸ ਕਰਵਾ ਲਏ, ਇਹਦੇ ਨਾਲ ਹੋਰ ਸਾਬਤ ਹੋ ਗਿਆ ਕਿ ਰਫਰੀ ਹੋਈ ਸੀ। ਉਸੇ ਚੱਕਰ ਚ ਹੁਣ ਉਹ ਪ੍ਰਿੰਸੀਪਲ ਵੀ ਸਸਪੈਂਡ ਕੀਤੀ ਗਈ, ਵਾਈਸ ਪ੍ਰਿੰਸੀਪਲ ਵੀ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਸ਼ਿਕਾਇਤ ਕਰਤਾ ਉਹਦੀ ਵੀ ਟਰਾਂਸਫਰ ਕਰ ਦਿੱਤੀ ਗਈ ਹੈ ਜੀ, ਇਨਕੁਆਇਰੀ ਜਿਹੜੀ ਆ ਉਹ ਨਿਰਪੱਖ ਕਰਨ ਵਾਸਤੇ ਜ਼ਰੂਰੀ ਕੀਤਾ ਗਿਆ। ਇਹ ਕੱਲਾ ਕੇਸ ਨੀ, ਏਦਾਂ ਦੇ ਕਈ ਕੇਸ ਨੇ। ਉਦਾਂ ਤੇ ਅੱਜ ਕੱਲ ਮੈਡੀਕਲ ਇੰਸ਼ੋਰੈਂਸ ਦਾ ਵੀ ਰੌਲਾ ਬਹੁਤ ਪੈਂਦਾ ਕਿ ਜਿਨ੍ਹਾਂ ਲੋਕਾਂ ਇੰਸ਼ੋਰੈਂਸ ਕਰਾਈ ਉਹਨਾਂ ਨੂੰ ਹਸਪਤਾਲਾਂ ਚ ਲਟਾ ਕੇ 15-15 ਦਿਨ ਰੱਖ ਕੇ ਤੇ ਇੰਸ਼ੋਰੈਂਸ ਕੰਪਨੀਆਂ ਤੋਂ ਸਰਕਾਰ ਤੋਂ ਪੈਸੇ ਕਲੇਮ ਕੀਤੇ ਜਾ ਰਹੇ ਆ। ਸਾਰੇ ਡਾਕਟਰ ਇਹ ਨੀ ਕਰਦੇ, ਆਮ ਤੌਰ ਤੇ ਡਾਕਟਰ ਚੰਗੇ ਨੇ, ਪਰ ਕੁਝ ਕੁਝ ਬਲੈਕ ਸ਼ੀਪਸ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਨੇ ਜੀ। ਪੰਚ ਸਾਹਿਬ, ਨਾਲ ਹੀ ਅਗਲੀ ਗੱਲ ਦੇ ਉੱਤੇ ਵੀ ਪਾ ਦਿਓ ਜੀ ਚਾਨਣਾ, ਗੁਰਦੁਆਰਾ ਰਾਮਸਰ ਦੇ ਵਿਚ ਬੀੜਾਂ ਸੜਨ ਦਾ ਮੁੱਦਾ ਜਿਹੜਾ ਵਾਹਵਾ ਭੱਖ ਗਿਆ ਜੀ। ਹੁਣ 262 ਬੀੜਾਂ ਸੜ ਗਈਆਂ ਸਨ, 267, ਇਹ 2016 ਦੀ ਗੱਲ ਹੈ। ਉਦੋਂ ਪੰਜਾਬ ਚ ਅਕਾਲੀ ਭਾਜਪਾ ਸਰਕਾਰ ਸੀ, ਉਨ੍ਹਾਂ ਨੇ ਜਿਹੜੇ ਉੱਥੇ ਡਿਊਟੀ ਇੰਚਾਰਜ ਸਨ ਉਨ੍ਹਾਂ ਨੇ ਉਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੂੰ ਫੋਨ ਕੀਤਾ, ਸੈਕਟਰੀ ਨੇ ਪ੍ਰਧਾਨ ਨੂੰ ਕੀਤਾ, ਪ੍ਰਧਾਨ ਤੋਂ ਗੱਲ ਸੁਖਬੀਰ ਸਿੰਘ ਬਾਦਲ ਤੱਕ ਗਈ। ਸੁਖਬੀਰ ਸਿੰਘ ਬਾਦਲ ਖੜੇ ਪੈਰ ਉੱਥੇ ਭੱਜਾ ਆਇਆ, ਆ ਕੇ ਉਹਨੇ ਸਾਰਿਆਂ ਦੀ ਬਹੁਤ ਝਾੜ ਝੰਬ ਕੀਤੀ ਇਸ ਗੱਲ ਤੇ ਕਿ 2015 ਚ ਜਿਹੜਾ ਬੇਅਦਬੀ ਕਾਂਡ ਹੋਇਆ ਸੀ ਬਰਗਾੜੀ ਤੇ ਬਹਿਬਲ ਕਰਾਉਣ ਵਾਲਾ, ਅਜੇ ਤਾਂ ਸਾਡੇ ਕੋਲੋਂ ਉਹ ਨੀ ਲੱਗਦਾ, ਤੇ ਅਗਲੇ ਪਾਸੇ ਚੋਣਾਂ ਆ ਰਹੀਆਂ ਨੇ, 3 ਮਹੀਨੇ ਚੋਣਾਂ ਚ ਰਹਿ ਗਿਆ, 2016 ਚ ਹੁਣ ਤੁਸੀਂ ਆਹ ਕੰਮ ਕਰਤਾ, ਇੱਥੇ ਅੱਗ ਲੱਗ ਗਈ। ਉਹ ਕਹਿੰਦੇ ਜੀ ਸਾਨੂੰ ਕੀ ਪਤਾ ਅੰਦਰੋਂ ਕਿਤੇ ਕਿੱਦਾਂ ਲੱਗ ਗਈ ਆ, ਸਾਡਾ ਚ ਕੋਈ ਕਸੂਰ ਨੀ, ਕਹਿੰਦੇ ਪਰ ਇਹਦਾ ਰੌਲਾ ਨਾ ਪਾਓ। ਚੁੱਪ ਕਰਕੇ ਸਾਰੀਆਂ ਬੀੜਾਂ ਜਿਹੜੀਆਂ ਸੜ ਗਈਆਂ, ਜਿਹੜੀਆਂ ਧੁਆਕੀਆਂ ਗਈਆਂ, ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਣੀ ਦੀਆਂ ਧਾਰਾਂ ਮਾਰੀਆਂ ਤੇ ਨੁਕਸਾਨੀਆਂ ਗਈਆਂ, ਇਹਨਾਂ ਸਾਰੀਆਂ ਨੂੰ ਗੋਂਦਵਾਲ ਸਾਹਿਬ ਲੈ ਜਾਓ ਤੇ ਉੱਥੇ ਜਾ ਕੇ ਸੰਸਕਾਰ ਕਰ ਦਿਓ, ਪਰ ਰਿਪੋਰਟ ਕਿਤੇ ਨਹੀਂ ਕਰਦੀ, ਰਿਪੋਰਟ ਨਹੀਂ ਕੀਤੀ ਗਈ। ਨਾ ਗੋਂਦਵਾਲ ਸਾਹਿਬ ਇਹ ਦਰਜ ਕੀਤਾ ਗਿਆ ਕਿ ਕਿੰਨੀਆਂ ਬੀੜਾਂ ਲਿਆਂਦੀਆਂ ਜਿਨ੍ਹਾਂ ਦਾ ਸੰਸਕਾਰ ਕੀਤਾ ਗਿਆ, ਨਾ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚ ਦਰਜ ਕੀਤਾ ਗਿਆ, ਨਾ ਪੁਲਿਸ ਰਿਪੋਰਟ ਦਰਜ ਕਰਾਈ ਗਈ। ਜਦੋਂ ਹੁਣ ਇੰਚਾਰਜ ਰਿਟਾਇਰ ਹੋਣ ਲੱਗਾ ਤੇ ਨਵੇਂ ਇੰਚਾਰਜ ਨੇ ਆਖਿਆ ਜੀ ਬੀੜਾਂ ਪੂਰੀਆਂ ਕਰੋ, ਮੈਂ ਚਾਰਜ ਲੈਣਾ ਤੇ ਮੈਂ ਨਹੀਂ ਲੈਂਦਾ। ਉਹ ਕਹਿੰਦਾ ਮੈਂ ਕਿੱਥੋਂ ਕਰਾਂ, ਤੁਹਾਨੂੰ ਸਾਰਿਆਂ ਨੂੰ ਪਤਾ ਜੋ ਹੋਇਆ ਸੀ। ਇਨ੍ਹਾਂ ਨੇ ਆਖਿਆ ਜੋ ਹੋਇਆ ਸਾਨੂੰ ਕੀ ਪਤਾ, ਉਹਨੂੰ ਘੇਰ ਕੇ ਤੇ ਉਹਦੇ ਪ੍ਰੋਵੀਡੈਂਟ ਫੰਡ ਦੇ ਵਿਚੋਂ ਪੈਸੇ ਕੱਟ ਕੇ 267 ਬੀੜਾਂ ਦੇ ਉਹ ਉੱਥੇ ਜਮ੍ਹਾਂ ਕਰਾ ਲਏ ਗਏ।
ਉਹਨੂੰ ਰਿਟਾਇਰ ਕਰਤਾ, ਉਹ ਹੁਣ ਬੋੜੀ ਬੋੜੀ ਕਰੀ ਜਾਂਦਾ। ਬਹੁਤ ਵੱਡਾ ਸਵਾਲ ਇਹ ਆ ਸੁਖਨੈਬ ਜੀ, ਕਿਸੇ ਪਿੰਡ ਦੇ ਵਿੱਚ ਵਾਰਦਾਤ ਹੋ ਜੇ, ਮਾੜੀ ਮੋਟੀ ਬੇਅਦਬੀ ਦੀ ਘਟਨਾ ਹੋ ਜਾਵੇ, ਭਾਵੇਂ ਕਿਸੇ ਬੇਗਨਾਹ ਬੰਦੇ ਤੋਂ ਗਲਤੀ ਨਾਲ ਹੀ ਹੋ ਜੇ, ਉੱਥੇ ਵੀ ਪਛਚਾਤਾਪ ਵਾਸਤੇ ਖੰਡ ਪਾਠ ਕਰਾਇਆ ਜਾਂਦਾ। ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਤਖਤਾਂ ਦੇ ਜਹਿਦਾਰ ਆਉਂਦੇ। ਇੱਥੇ 267 ਗੁਰੂ ਦੀਆਂ ਬੀੜਾਂ ਜਿਹੜੀਆਂ ਸੀ ਗੁਰੂ ਕੇ ਸਰੂਪ ਸੜ ਗਏ। ਇੱਕ ਵੀ ਥਾਂ ਤੇ ਰਿਪੋਰਟ ਦਰਜ ਤੇ ਕੀ ਕਰਨੀ ਹੈ, ਇੱਕ ਵੀ ਕਿਤੇ ਖੰਡ ਪਾਠ ਨਹੀਂ ਕਰਾਇਆ ਗਿਆ, ਕੋਈ ਪਛਚਾਤਾਪ ਨਹੀਂ ਕੀਤਾ ਗਿਆ। ਸਾਰੀ ਗੱਲ ਇਸ ਤਰ੍ਹਾਂ ਢੱਕ ਲਈ ਗਈ ਕਿਉਂਕਿ 3 ਮਹੀਨਿਆਂ ਬਾਅਦ ਚੋਣਾਂ ਆਉਂਦੀਆਂ ਸੀ। ਉਹ ਮੁੱਦਾ ਹੁਣ ਪਖਦਾ ਜਾਂਦਾ, ਇਸ ਕਰਕੇ ਉਹ ਅਗਲਿਆਂ ਦਿਨਾਂ ਚ ਕੋਈ ਵੱਡਾ ਵੀ ਵਿਵਾਦ ਬਣ ਸਕਦਾ। ਜੀ ਪੰਜ ਸਾਹਿਬ, ਬਹੁਤ ਮਿਹਰਬਾਨੀ ਤੁਸੀਂ ਖਬਰਾਂ ਦੇ ਉੱਤੇ ਤਾਂ ਸਾਂਝ ਪਾਈ, ਤੇ ਅੱਜ ਨਵਾਂ ਕੀ ਹੈ ਜੀ? ਅੱਜ ਨਵਾਂ ਪਾਕਿਸਤਾਨ ਦੇ ਜਿਹੜੇ ਪਾਇਲਟ ਕਰੋਨਾ ਕਰਦੇ ਹਾਦਸਾ ਕਰ ਬੈਠੇ ਸੀ, ਉਸ ਤੱਕ ਤਾਂ ਨਹੀਂ ਜਾਂਦਾ, ਪਰ ਮਨ ਖਰਾਬ ਹੈ ਇਸ ਗੱਲ ਤੋਂ। ਇਸ ਹਫਤੇ ਪਹਿਲਾਂ ਮੈਂ ਵੇਖਿਆ ਕਿ JCB ਮਸ਼ੀਨ ਦੇ ਪਾਰਸੇ ਚ ਰੱਖ ਕੇ ਲਾਸ਼ ਲਿਜਾਈ ਜਾ ਰਹੀ। ਕੱਲ ਵੇਖਿਆ ਕਿ 3 ਜਣੇ ਲੰਮੇ ਰੱਸਿਆਂ ਨਾਲ, 5-5-6-6 ਫੁੱਟ ਲੰਮੇ ਰੱਸੇ, ਤੇ ਉਨ੍ਹਾਂ ਦੇ ਨਾਲ ਕੋਰੋਨਾ ਵਾਇਰਸ ਦੇ ਪੇਸ਼ੈਂਟ ਦੀ ਲਾਸ਼ PPE ਕਿੱਟ ਚ ਪਾਈ, ਉਹਨੂੰ 2 ਕਿਲੋਮੀਟਰ ਘੜੀਸੇ ਲੈ ਕੇ ਗਿਆ ਕਿ ਚੁੱਕਣਾ ਨੀ ਸਾਨੂੰ ਹੋਜੂਗਾ। ਉਹ ਜਦੋਂ ਲਾਸ਼ ਵੀ ਘੜੀਸੀ ਜਾ ਰਹੀ ਸੀ, ਉਸ ਤੋਂ ਬਾਅਦ ਮੈਂ ਲਿਖਿਆ, ਜੰਮਿਆ ਜਿਹੜਾ ਵੀ ਅੰਤ ਨੂੰ ਮਰੇਗਾ ਹੀ, ਕੋਰੋਨਾ ਵਰਗਾ ਨੀ ਚਾਹੀਦਾ ਅੰਤ ਵੇਲੀ। ਇਸ ਤੋਂ ਡਰੇ ਆ ਰੋਗਾਂ ਦੇ ਮਾਰ ਫਿਰਦੇ, ਤਰੈਕ ਦੇ ਸੁਣ ਸਭ ਸਾਥ ਤੇ ਸੰਤ ਬੇਲੀ, ਦਵਾਈ ਬਣੀ ਨਾ ਅਜੇ ਵੀ ਕੋਈ ਇਹਦੀ, ਓੜ ਪੋੜ ਜਿਹਾ ਸਿਰਫ ਚਲੰਤ ਬੇਲੀ, ਹੋ ਜੇ ਮੌਤ ਤਾਂ ਕੋਈ ਨੀ ਕੋਲ ਆਉਂਦਾ, ਦੂਰੇ ਖਿਸਕ ਜਾਵੇ ਜੀਆ ਜੰਤ ਬੇਲੀ, ਪਰਿਵਾਰ ਦੇ ਜੀਆ ਜੰਤ ਵੀ ਖਿਸਕ ਜਾਂਦਾ। ਟੁੱਟਦਾ ਕਹਿਰ ਕਰੋਨਾ ਦੇ ਮਰਨ ਮਗਰੋਂ, ਟੁੱਟਦਾ ਕਹਿਰ ਕਰੋਨਾ ਦਾ ਮਰਨ ਮਗਰੋਂ ਰੁਲਦੀ ਰਹਿੰਦੀ ਹੈ ਬੰਦੇ ਦੀ ਲਾਸ਼ ਬੇਲੀ, ਉਦੋਂ ਕਈਆਂ ਦੇ ਮੂੰਹਾਂ ਤੋਂ ਨਿਕਲਦਾ ਈ, ਮਰਨਾ ਏਦਾਂ ਦਾ ਹੋਵੇ ਨਹੀਂ ਕਾਸ਼ ਬੇਲੀ, ਮਰਨਾ ਏਦਾਂ ਦਾ ਹੋਵੇ ਨਹੀਂ ਕਾਸ਼ ਬੇਲੀ, ਇਹ ਮੌਤ ਨਹੀਂ ਹੋਣੀ ਚਾਹੀਦੀ। ਬਹੁਤ ਮਿਹਰਬਾਨੀ ਪੰਨੂ ਸਾਹਿਬ, ਬਹੁਤ ਧੰਨਵਾਦ ਤੁਹਾਡਾ ਜੁੜਨ ਵਾਸਤੇ, ਅਸੀਂ ਫੇਰ ਸ਼ੁਕਰੀਆ। ਸੋ ਜਤਿੰਦਰ ਪੰਨੂ ਸਾਹਿਬ ਦਾ ਸਾਥ ਦੋਸਤੋ ਆਪਣੇ ਨਾਲ ਸੀ, ਆਪਾਂ ਹੁਣ ਲੈਂਦੇ ਹਾਂ ਬ੍ਰੇਕ ਤੇ ਫੇਰ ਹੁੰਦੇ ਹਾਂ ਹਾਜ਼ਰ।